ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਟਾਈਮ ਵਿੱਚ ਬਹੁਤ ਤੋਂ ਸਵਾਗਤ। ਦੋਸਤੋ ਹਾਜ਼ਰ ਆਜ ਦੇ ਕੁਝ ਮੁੱਦੇ ਅੱਜ ਦੀਆਂ ਕੁਝ ਖਬਰਾਂ ਸਾਂਝੀਆਂ ਕਰਨ ਦੇ ਲਈ ਅੱਜ ਕੁਝ ਖਾਸ ਗੱਲਬਾਤ ਕੁਝ ਖਾਸ ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆਂ ਅੱਜ ਪਲਾਸਟਿਕ ਯੂਜ਼ ਬਾਰੇ। ਕੈਨੇਡਾ ਦੇ ਵਿੱਚ ਅੱਜ ਇੱਕ ਖਾਸ ਅਨਾਉਂਸ ਅਨਾਉਂਸਮੈਂਟ ਦੇ ਵਿੱਚ ਐਨਵਾਇਰਨਮੈਂਟਲ ਮਿਨਿਸਟਰ ਸਾਡੇ ਸਟੀਵਨ ਗਿਲਬੋ ਨੇ ਜਿਹੜੀ ਸਿੰਗਲ ਯੂਜ਼ ਪਲਾਸਟਿਕ ਆ ਉਹਨੂੰ ਬੈਨ ਕਰਨ ਦੀ ਗੱਲ ਕਹੀ ਆ। ਪਿਛਲੇ ਲੰਬੇ ਸਮੇਂ ਤੋਂ ਗੱਲਬਾਤਾਂ ਚੱਲਦੀਆਂ ਆਉਂਦੀਆਂ ਸੀ ਕਿ ਸਿੰਗਲ ਯੂਜ਼ ਪ ਇਨੂੰ ਕਿਸੇ ਨਾ ਕਿਸੇ ਤਰ੍ਹਾਂ ਬੈਨ ਕੀਤਾ ਜਾਵੇ ਉਹਦਾ ਇੱਕ ਪੂਰੇ ਦਾ ਪੂਰਾ ਜਿਹੜਾ ਪਲਾਨ ਬਣਾਇਆ ਗਿਆ ਹੈ ਤੇ ਉਸ ਪਲਾਨ ਦੇ ਤਹਿਤ ਹੁਣ ਸਿੰਗਲ ਯੂਜ਼ ਪਲਾਸਟਿਕ ਆਈਟਮਾਂ ਦੇ ਉੱਤੇ ਪਾਬੰਦੀ ਲੱਗ ਜਾਣੀ ਹੈ ਤੇ ਅੱਜ ਇਹ ਪਾਬੰਦੀ ਆਪਣੇ ਆਖਰੀ ਪੜਾਅ ਦੇ ਉੱਤੇ ਪਹੁੰਚ ਗਈ ਆ ਇਹ ਜਿਹੜੀਆਂ ਸਿੰਗਲ ਯੂਜ਼ ਪਲਾਸਟਿਕਸ ਨੇ ਜਿਹਦਾ ਪਲਾਸਟਿਕ ਦੇ ਲਫਾਫੇ ਆ ਜਿਹੜੇ ਸਟਰੋ ਨੇ ਜਾਂ ਜਿਹੜਾ ਪਲਾਸਟਿਕ ਦਾ ਉਹ ਹਲਾਉਣ ਦੇ ਲਈ ਹੁੰਦਾ ਸਟੇਰਰ ਹੁੰਦਾ ਜਿਹਦੇ ਨਾਲ ਖੰਡ ਜਾਂ ਦੂਜੀਆਂ ਚੀਜ਼ਾਂ ਉਹਦੇ ਵਿੱਚ ਰਲਾਈਆਂ ਜਾਂਦੀਆਂ ਐ ਕਿਸੇ ਵੀ ਡਰਿੰਕ ਦੇ ਵਿੱਚ ਉਨਾ ਸਾਰਿਆਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਪਹਿਲਾ ਇਹਨਾਂ ਨੂੰ ਜਿਹੜਾ ਇمپੋਰਟ ਕਰਨਾ ਬੰਦ ਕੀਤਾ ਜਾਊਗਾ ਫਿਰ ਇਹਨਾਂ ਨੂੰ ਬਣਾਉਣਾ ਬੰਦ ਕੀਤਾ ਜਾਊਗਾ ਮਤਲਬ ਇੱਕ ਇੱਕ ਸਟੈਪ ਕਰਕੇ ਆਉਣ ਵਾਲੇ ਸਾਲਾਂ ਦੇ ਵਿੱਚ ਇਹਦੇ ਉੱਤੇ ਪੂਰਨ ਪਬੰਦੀ ਲਾ ਦਿੱਤੀ ਜਾਣੀ ਹੈ ਲੱਗਣੀ ਸਾਰੀ ਪਲਾਸਟਿਕ ਦੇ ਉੱਤੇ ਹੀ ਆ ਪਰ ਇਹ ਕਿਉਂਕਿ ਇਹ ਜਿਹੜੀਆਂ ਥੋੜੀਆਂ ਜਿਹੀਆਂ ਆਈਟਮਸ ਹੈਗੀਆਂ ਜਿਵੇਂ ਸਟਰਰ ਆ ਜਿਵੇਂ ਸਟਰੋ ਆ ਜਾਂ ਪਲਾਸਟਿਕ ਦੇ ਲਫਾਫੇ ਆ ਇਹਨਾਂ ਦੇ ਕੋਈ ਨਾ ਕੋਈ ਬਦਲ ਸਾਡੇ ਕੋਲ ਅਵੇਲੇਬਲ ਆ ਇਹ ਸੌਖਿਆਂ ਬਦਲ ਮਿਲ ਸਕਦੇ ਆ ਇਹਨੂੰ ਰਿਪਲੇਸ ਕੀਤਾ ਜਾ ਸਕਦਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਰਿਪਲੇਸ ਕਰ ਵੀ ਦਿੱਤਾ ਹੋ ਗਿਆ ਬਹੁਤ ਸਾਰੇ ਪਲਾਸਟਿਕ ਦੇ ਲਫਾਫਿਆਂ ਦੇ ਉੱਤੇ ਪਹਿਲਾਂ ਹੀ ਪਾਬੰਦੀ ਲਾ ਚੁੱਕੀ ਆ ਉਹ ਜੀ ਵਰਤੋਂ ਨਹੀਂ ਕਰ ਰਹੇ ਸੋ ਇਹ ਜਿਹੜੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਰੇ ਵਕਫ ਵਕਫ ਥਾਵਾਂ ਦੇ ਉੱਤੇ ਜਾਣਕਾਰੀ ਦਿੱਤੀ ਜਾਊਗੀ ਉਹ ਜਾ ਕੇ ਲੋਕਾਂ ਨੂੰ ਦੱਸਣਗੇ ਕਿ ਇਹਨੂੰ ਕਿਸ ਤਰੀਕੇ ਨਾਲ ਬੰਦ ਕਰ ਰਹੇ ਆ ਜਿਹੜਾ ਰੀਸਾਈਕਲ ਹੋਇਆ ਪਲਾਸਟਿਕ ਆ ਉਹਦੀ ਇੱਕ ਵੱਡੀ ਮਾਰਕੀਟ ਕੈਨੇਡਾ ਦੇ ਵਿੱਚ ਹੈਗੀ ਆ ਸੋ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਬੰਦ ਕੀਤਾ ਜਾਣਾ ਆ ਮਸਲਾ ਪਿਛਲੇ ਸਾਲ ਦਸੰਬਰ ਦੇ ਵਿੱਚ ਸ਼ੁਰੂ ਹੋਇਆ ਸੀ ਪਿਛਲੇ ਸਾਲ ਦਸੰਬਰ ਦੇ ਵਿੱਚ 6 ਆਈਟਮਾਂ ਸਰਕਾਰ ਨੇ ਕਿਹਾ ਸੀ ਵੀ ਆਹ 6 ਆਈਟਮਾਂ ਆ ਇਹਦੇ ਸੰਬੰਧੀ ਆ ਡਰਾਫਟ ਬਣਾਇਆ ਗਿਆ ਆ ਤੇ ਇਹ ਇਹਦੇ ਤੋਂ ਬਾਅਦ ਐਸ ਮਹੀਨੇ ਤੱਕ ਇਹ ਨਿਯਮ ਤੈਹ ਹੋਣ ਤੋਂ ਬਾਅਦ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ 6 ਮਹੀਨੇ ਦਾ ਵਕਤਵਾ ਦੇਣਾ ਕਿ ਜੇ ਕਿਸੇ ਕੋਲ ਕੁਝ ਪਿਆ ਆ ਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇ ਸੋ ਪਿਛਲੇ ਸਾਲ ਹੀ ਕਹਿ ਦਿੱਤਾ ਗਿਆ ਸੀ ਕਿ ਇਸ ਸਾਲ ਯਾਨੀ ਕਿ 2122 ਦੇ ਅੰਤ ਤੱਕ ਪਲਾਸਟਿਕ ਬੈਗ ਤੇ ਸਟ੍ਰਾ ਦੇ ਉੱਤੇ ਪਾਬੰਦੀ ਲੱਗ ਜਣੀ ਆ ਜਿਹੜੀਆਂ ਇਹ 6 ਆਈਟਮਸ ਸਿਲੈਕਟ ਕੀਤੀਆਂ ਗਈਆਂ ਸੀ ਇਸ ਕਰਕੇ ਜਿਨ੍ਹਾਂ ਦੇ ਵਿੱਚ 6 ਆਈਟਮਸ ਕਿਹੜੀਆਂ ਆ ਜਿਨ੍ਹਾਂ ਦੇ ਉੱਤੇ ਪਾਬੰਦੀ ਲਾਈ ਜਾਣੀ ਹੈ ਸਟਰਾ ਦੂਜਾ ਸਟਾਇਰੋਫੋਮ ਦੇ ਬਣੇ ਜਿਹੜੇ ਟੇਕ ਆਊਟ ਕੰਟੇਨਰ ਆ ਤੀਜੇ ਨੰਬਰ ਦੇ ਉੱਤੇ ਪਲਾਸਟਿਕ ਦੇ ਲਫਾਫੇ ਚੌਥੇ ਨੰਬਰ ਦੇ ਉੱਤੇ ਪਲਾਸਟਿਕ ਸਟੇਅਰ ਸਟਿਕ ਜਿਹੜਾ ਲਿਕਵਿਡ ਖੋਲਣ ਵਾਲਾ ਡੱਖਾ ਜਿਹਾ ਹੁੰਦਾ ਫਿਰ ਜਿਹੜਾ ਪਲਾਸਟਿਕ ਰਿੰਗ ਆ ਜਿਹਦੇ ਵਿੱਚ ਕਈ ਚੀਜ਼ਾਂ ਨੂੰ ਜੋੜ ਕੇ ਰੱਖਿਆ ਜਾਂਦਾ ਪੰਜ ਛੇ ਚੀਜ਼ਾਂ ਨੂੰ ਕੇਨ ਖਾਸ ਕਰਕੇ ਉਹਦੇ ਵਿੱਚ ਜੋੜੇ ਜਾਂਦੇ ਉਹ ਜਿਹੜੀ ਪਲਾਸਟਿਕ ਜਿਹਦਾ ਰਿੰਗ ਹੁੰਦਾ ਉਹ ਤੇ ਆਖਰ ਦੇ ਵਿੱਚ 6ਵੇਂ ਨੰਬਰ ਦੇ ਉੱਤੇ ਪਲਾਸਟਿਕ ਦੀ ਕਟਲਰੀ ਜਿਹੜੇ ਫੋਰਕ ਪਲਾਸਟਿਕ ਦੇ ਜਾਂ ਚਮਚੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਪਲੀਟਲੀ ਕੈਨੇਡਾ ਦੇ ਵਿੱਚ ਬੰਦ ਕਰ ਦਿੱਤਾ ਜਾਣਾ 3 ਸਾਲ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟ੍ਰੂਡੋ ਨੇ ਵਾਅਦਾ ਕੀਤਾ ਸੀ ਕਿ ਜਿਹੜੀਆਂ ਅਸੀਂ ਇਹਨੂੰ ਹੌਲੀ-ਹੌਲੀ ਖਤਮ ਕਰ ਦਾਂਗੇ ਤੇ ਐਸ਼ ਜਿਹੜਾ ਡੈਕੇਡ ਆ ਇਹਦੇ ਆਖਰ ਤੱਕ ਪਲਾਸਟਿਕ ਵੇਸਟ ਨੂੰ ਜ਼ੀਰੋ ਕਰ ਦਿੱਤਾ ਜਾਊਗਾ ਸ਼ੁਰੂ-ਸ਼ੁਰੂ ਦੇ ਵਿੱਚ 2021 ਦੇ ਵਿੱਚ ਪਲਾਸਟਿਕ ਬੈਂਕ ਕਰਨ ਦੀ ਯੋਜਨਾ ਪੜਾਈ ਗਈ ਸੀ ਪਰ ਕਿਉਂਕਿ ਕੋਵਿਡ ਆ ਗਿਆ ਕੋਵਿਡ ਤੋਂ ਬਾਅਦ ਜਿਹੜੀ ਇਹਦੀ ਇਹਦਾ ਰਿਵਿਊ ਕੀਤਾ ਜਾਣਾ ਸੀ ਉਹਦੇ ਵਿੱਚ ਦੇਰੀ ਹੋ ਗਈ ਇਸ ਕਰਕੇ ਗੱਲਬਾਤ ਇੱਥੇ ਰੁਕ ਗਈ ਪਲਾਸਟਿਕ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਆ ਜਿਹੜੇ ਨੇਚੁਰਲੀ ਸਾਡੀ ਇਸ ਧਰਤੀ ਦੇ ਉੱਤੇ ਚੀਜ਼ਾਂ ਆਕਰ ਨਹੀਂ ਕਰਦੀਆਂ ਮਨੁੱਖ ਆਪ ਇਹਨਾਂ ਨੂੰ ਤਿਆਰ ਕਰਦਾ ਆ ਸਮੱਸਿਆ ਇਹਦੇ ਨਾਲ ਕੀ ਆ ਰਹੀ ਆ ਪਲਾਸਟਿਕ ਦੇ ਨਾਲ ਹਜ਼ਾਰਾਂ ਹੀ ਜਿਹੜੇ ਸਾਲ ਲੱਗ ਜਾਂਦੇ ਆ ਇਹਨੂੰ ਪਲਾਸਟਿਕ ਨੂੰ ਡੀਕੰਪੋਜ਼ ਹੋਣ ਦੇ ਵਿੱਚ ਉਹ ਬਲਤ ਪਲਾਸਟਿਕ ਡੀਕੰਪੋਜ਼ ਹੁੰਦੀ ਹੀ ਨਹੀਂ ਆ ਇੱਕ ਵਾਰੀ ਧਰਤੀ ਦੇ ਉੱਤੇ ਚਲੇਗੀ ਸਮੁੰਦਰ ਦੇ ਵਿੱਚ ਹਵਾ 'ਚ ਜਿੱਥੇ ਵੀ ਚਲੇਗੀ ਇਹਨੇ ਖਤਰਮ ਨਹੀਂ ਹੋਣਾ ਇਹ ਐਸਾ ਚੇ ਰਹਿਣਾ ਤਰੀ ਸਾਈਕਲ ਇਹਨੂੰ ਕੀਤਾ ਨਹੀਂ ਜਾਂਦਾ ਸਿਰਫ 10% ਤੋਂ ਵੀ ਘੱਟ ਪਲਾਸਟਿਕ ਜਿਹੜੀ ਉਹ ਐਸ ਵੇਲੇ ਰੀਸਾਈਕਲ ਹੋ ਰਹੀ ਆ ਫਾਇਦਾ ਇਹਦਾ ਬਹੁਤ ਆ ਪਰ ਨੁਕਸਾਨ ਉਹਦੇ ਤੋਂ ਵੱਡਾ ਹੋ ਰਿਹਾ ਹੁਣ ਜਿੱਥੇ ਦੂਜੇ ਪਾਸੇ ਕਿਉਂਕਿ ਬਹੁਤ ਵੱਡੀ ਇੰਡਸਟਰੀ ਆ ਜਿਹੜੀ ਇਹਨੂੰ ਪਲਾਸਟਿਕ ਨੂੰ ਬਣਾਉਂਦੀ ਆ ਤੇ ਉਹਨਾਂ ਦਾ ਸਾਰਾ ਕਾਰੋਬਾਰ ਤੇ ਸਾਰਾ ਕੁਝ ਇਹਦੇ ਉੱਤੇ ਡਿਪੈਂਡ ਕਰਦਾ ਆ ਉਹਨਾਂ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਜਦੋਂ ਇੱਕ ਇਹ ਸਾਹਮਣੇ ਆਇਆ ਸੀ ਰਿਵਿਊ ਉਹਦੇ ਤੋਂ ਬਾਅਦ ਜਿਹੜੀ ਕੈਨੇਡੀਅਨ এনवायरमेंटਲ ਪ੍ਰੋਟੈਕਸ਼ਨ ਐਕਟ ਦੇ ਅਧੀਨ ਇਹਨੂੰ ਕਹ ਦਿੱਤਾ ਸੀ ਕਿ ਇਹ ਜ਼ਹਿਰੀਲੀ ਆ ਉਹ ਉਹ ਜ਼ਹਿਰੀਲੀ ਕਹਿਣਾ ਜ਼ਰੂਰੀ ਹੈ ਉਹਨੂੰ ਉਹਦੇ ਤੋਂ ਬਾਅਦ ਜਿਹੜੇ ਪਲਾਸਟਿਕ ਤਿਆਰ ਕਰਦੇ ਆ ਉਹਨਾਂ ਸਾਰਿਆਂ ਨੇ ਸਰਕਾਰ ਦੇ ਵਿਰੁੱਧ ਮੁਕਾਦਮਾ ਕਰ ਦਿੱਤਾ ਸੀ ਤੇ ਐਸੇ ਸਾਲ ਉਸ ਮੁਕਾਦਮੇ ਦੀ ਸੁਣਵਾਈ ਵੀ ਆ ਫੈਸਲਾ ਕੀ ਹੁੰਦਾ ਕੁਦਰਤੀ ਤੌਰ ਦੇ ਉੱਤੇ ਪਲਾਸਟਿਕ ਨੂੰ ਬੈਨ ਤੱਕ ਕੀਤਾ ਜਾਣਾ ਤੈ ਹੈ ਪਲਾਸਟਿਕ ਵੇਸਟ ਕੱਲੇ ਕੈਨੇਡਾ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਪਿਆ ਬਹੁਤ ਘੱਟ ਪਲਾਸਟਿਕ ਆ ਜਿਹੜਾ ਰੀਸਾਈਕਲ ਹੋ ਰਿਹਾ ਬਾਕੀ ਉੱਥੇ ਦੀ ਉੱਥੇ ਪਿਆ ਰਿਹਾ ਚਾਹੇ ਸਮੁੰਦਰ ਦੇ ਥੱਲੇ ਜਿਹੜਾ ਤਾਲਿਆ ਇਹਦਾ ਉਹਦੇ ਉੱਤੇ ਵੀ ਪਲਾਸਟਿਕ ਲੱਭ ਰਿਹਾ ਅੰਟਾਰਕਟਿਕਾ ਦੀ ਫਰੈਸ਼ ਸਨੋ ਦੇ ਵਿੱਚੋਂ ਵੀ ਪਲਾਸਟਿਕ ਵੇਸਟ ਲੱਭ ਰਿਹਾ ਆ ਦੁਨੀਆ ਦੇ ਮਾਉਂਟ ਐਵਰੇਸਟ ਦੇ ਉੱਤੇ ਵੀ ਕੋਈ ਵੀ ਥਾਂ ਇਹੋ ਜਿਹੀ ਨਹੀਂ ਜਿੱਥੇ ਇਹ ਪਲਾਸਟਿਕ ਪਾਰਟੀਕਲ ਪਾਰਟੀਕਲ ਜਿਹੜੇ ਆ ਉਹ ਨਹੀਂ ਮਿਲ ਰਿਹਾ ਤੇ ਹੁਣ ਜਿਹੜਾ এনवायरमेंट ਇਥੋਂ ਦਾ ਵਿਭਾਗ ਆ ਉਹ ਉਹਨਾਂ ਨੇ ਇੱਕ ਅਧਿਨ ਕਰਾਇਆ ਸੀ ਉਹਦੇ ਵਿੱਚ ਇਹ ਦੱਸਿਆ ਸੀ ਕਿ 3.3 ਮਿਲੀਅਨ ਟਨ ਪਲਾਸਟਿਕ ਜਿਹੜਾ ਸਿੱਟਿਆ ਗਿਆ 2019 ਦੇ ਵਿੱਚ 3.3 ਮਿਲੀਅਨ ਟਨ ਪਲਾਸਟਿਕ ਸਿੱਟੇਗਾ ਜਿਹਦੇ ਵਿੱਚੋਂ ਅੱਧਾ ਪਲਾਸਟਿਕ ਪੈਕਿੰਗ ਵਾਲਾ ਸਮਾਨ ਸੀਗਾ ਤੇ ਦਸਵਾਂ ਹਿੱਸਾ ਵੀ ਰੀਸਾਈਕਲ ਨਹੀਂ ਹੋਇਆ ਉਸੇ ਸਾਲ ਇਹ ਜਿਹੜੀ ਗ੍ਰੇਟ ਕੈਨੇਡੀਅਨ ਸ਼ੋਰਲਾਈਨ ਕਲੀਨਅਪ ਪ੍ਰੋਜੈਕਟ ਦੇ ਅਧੀਨ ਕੈਨੇਡਾ ਦੇ ਵਿੱਚ 4000 ਕਿਲੋਮੀਟਰ ਤੱਕ ਫੈਲੇ ਜਿਹੜੀ ਸੀ ਸ਼ੋਰ ਆ ਉਹਦੇ ਉੱਤੇ ਜਿਹੜਾ ਪਲਾਸਟਿਕ ਦਾ ਕੂੜਾ ਸੀ ਉਹਨੂੰ ਪਾਸੇ ਕੀਤਾ ਗਿਆ ਸੀ 12000 ਪਲਾਸਟਿਕ ਦੀਆਂ ਬੋਤਲਾਂ 12400 ਸੀ ਸਟਰੋ ਅਤੇ 17000 ਦੇ ਕਲੀਵ ਪਲਾਸਟਿਕ ਬੈਗ ਸੀ ਜਿਹੜੇ ਇਹਨਾਂ ਥਾਵਾਂ ਦੇ ਦਿੱਤੋ ਚੱਕ ਕੇ ਤਾਂ ਪਾਸੇ ਸਿੱਟੇ ਗਏ ਸੀ ਜਿਹੜੇ ਲੋਕਾਂ ਨੇ ਐਵੇਂ ਸਿੱਟ ਦਿੱਤੇ ਸੀ ਫੈਡਰਲ ਸਰਕਾਰ ਦੇ ਅੰਕੜੇ ਵੀ ਇਹੀ ਦੱਸਦੇ ਆ ਕਿ 2019 ਦੇ ਵਿੱਚ ਕੈਨੇਡਾ ਦੇ ਵਿੱਚ 15.5 ਬਿਲੀਅਨ ਪਲਾਸਟਿਕ ਦੇ ਲਫਾਫੇ 4.5 ਬਿਲੀਅਨ ਪਲਾਸਟਿਕ ਕਟਲਰੀ ਜਿਦਾਂ ਕਿ ਪਹਿਲਾਂ ਦੱਸਿਆ ਜਿਹਦੇ ਵਿੱਚ ਚਮਚੇ ਚਾਕੂ ਜਾਂ ਫੋਰਕ ਇਹ ਚੀਜ਼ਾਂ ਹੁੰਦੀਆਂ ਆ ਇਸੇ ਤਰ੍ਹਾਂ 3 ਬਿਲੀਅਨ ਜਿਹੜੇ ਸਟੇਰਿਕ ਸਟੈਕਸ ਨੇ ਡੱਖੇ ਜਿਹੜੇ ਲਿਕਵਿਡ ਦੇ ਵਿੱਚ ਉਹਨੂੰ ਘੋਲਣ ਲਈ ਹੁੰਦੇ ਆ 5.8 ਬਿਲੀਅਨ ਸਟਰਾ ਜਿਹਦੇ ਨਾਲ ਆਪਾਂ ਕੁਝ ਵੀ ਕੋ ਲਿਕਵਿਡ ਜਾਂ ਦੂਜੀ ਚੀਜ਼ ਪੀਨੇ ਆ ਤੇ 183 ਮਿਲੀਅਨ ਪਲਾਸਟਿਕ ਰਿੰਗ ਤੇ 805 ਮਿਲੀਅਨ ਟੇਕ ਆਊਟ ਕੰਟੇਨਰ ਵੇਚੇ ਗਏ ਸੀ ਇਹਨਾਂ ਸਮਾਨ ਜਿਹੜਾ ਕਿ ਆਪਣੇ ਆਪ ਤੇ ਵਿੱਚ ਵੀ 119 ਦੇ ਵਿੱਚ ਵੀ 15.5 ਬਿਲੀਅਨ ਤਾਂ ਪਲਾਸਟਿਕ ਦੇ ਲਿਹਾਫੇ ਭਾਗ ਜਿਹੜੇ ਵਿਕ ਗਏ ਆ ਬਿਲੀਅਨ ਬੀ ਨਾਲ ਬਿਲੀਅਨ ਤੇ ਇਹ ਮਾਤਰਾ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਆ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਪ੍ਰਿੰਸ ਐਡਵਰਟ ਆਇਲੈਂਡ ਨੋਵਾ ਸਕੋਸ਼ੀਆ ਪਲਾਸਟਿਕ ਬੈਗ ਨੂੰ ਰੋਕਣ ਲਈ ਉਹਨਾਂ ਨੇ ਆਪਣੇ ਖੁਦ ਨਿਯਮ ਬਣਾਏ ਆ ਇਦਾਂ ਹੀ ਰਿਜਾਇਨਾ ਮੌਂਟਰੀਅਲ ਸ਼ਹਿਰ ਨੇ ਵੀ ਲਫਾਫਿਆਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਆ ਵੱਖ-ਵੱਖ ਸ਼ਹਿਰ ਆਪਣੇ ਪੱਧਰ ਦੇ ਉੱਤੇ ਵੀ ਇਹਨਾਂ ਦੇ ਉੱਤੇ ਪਾਬੰਦੀ ਲਾ ਰਹੇ ਆ ਤੇ ਹੁਣ ਮੌਂਟਰੀਅਲ ਦੇ ਵਿੱਚ ਵੀ ਜਿਹੜਾ ਤੁਹਾਨੂੰ ਪਤਾ ਕਿ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਗਿਆ ਸੀ ਕੁਝ ਰਿਟੇਲਰਾਂ ਨੇ ਪਹਿਲਾਂ ਪਲਾਸਟਿਕ ਦੇ ਲਫਾਫਿਆਂ ਦਾ ਸੇਲ ਬਲ ਸਿੰਗਲ ਯੂਜ਼ ਪਲਾਸਟਿਕ ਦੇ ਬੈਗ ਬੰਦ ਕਰ ਦਿੱਤੇ ਸੀ April ਦੇ ਵਿੱਚ ਤੁਹਾਨੂੰ ਪਤਾ ਕਿ Walmart ਦੇ ਉੱਤੇ ਵੀ ਹੁਣ ਤੁਸੀਂ ਜਾਓ ਤਾਂ ਪਲਾਸਟਿਕ ਦੇ ਬੈਗ ਉੱਥੋਂ ਨਹੀਂ ਮਿਲਦੇ ਬਹੁਤ ਸਾਰੇ ਰੈਸਟੋਰੈਂਟ ਦੇ ਵਿੱਚ ਪਿਛਲੇ ਸਮੇਂ ਦੇ ਪਲਾਸਟਿਕ ਸਟਰੋ ਦੀ ਥਾਂ ਦੇ ਉੱਤੇ ਕਾਗਜ਼ ਦੇ ਸਟਰੋ ਦਿੱਤੇ ਜਾ ਰਹੇ ਆ ਹਾਲਾਂਕਿ ਜਿਹੜੇ ਪਲਾਸਟਿਕ ਬਣਾਉਣ ਵਾਲੇ ਆ ਉਹਨਾਂ ਨੇ ਸਰਕਾਰ ਦੇ ਉੱਤੇ ਮੁਕੱਦਮਾ ਕੀਤਾ ਪਰ ਸਰਕਾਰ ਦੀ ਦਲੀਲ ਇਹ ਆ ਕਿ ਜਿਹੜੀ ਚੀਜ਼ ਅਸੀਂ ਫਿਲਹਾਲ ਬੰਦ ਕਰ ਰਹੇ ਹਾਂ ਉਹਦਾ ਬਦਲ ਬਹੁਤ ਸੌਖਾ ਅਵੇਲੇਬਲ ਆ ਕਿ ਜਿੱਥੇ ਤੁਸੀਂ ਜਿਹੜੇ ਪਲਾਸਟਿਕ ਦੇ ਸਟ੍ਰਾਅ ਵਰਤਦੇ ਆ ਉਹਦੀ ਜਗ੍ਹਾ ਕਾਗਜ਼ ਦਾ ਸਟ੍ਰਾਅ ਵੀ ਵਰਤ ਲਿਆ ਜਾਵੇ ਤਾਂ ਉਹ ਉਹੀ ਕੰਮ ਕਰਦਾ ਜਿਹੜਾ ਪਲਾਸਟਿਕ ਦੇ ਸਟ੍ਰਾਅ ਨਾਲ ਕਰਦਾ ਤੇ ਵਾਤਾਵਰਨ ਜਿਹੜਾ ਬਹੁਤ ਵੱਡੇ ਪੱਧਰ ਤੇ ਉੱਤੇ ਬਸ ਜਾਂਦਾ ਕਾਗਜ਼ ਦਾ ਸਟ੍ਰਾਅ ਡੀਕੰਪੋਜ਼ ਹੋ ਜਾਂਦਾ ਕੁਝ ਸਾਲ ਬਾਅਦ ਜੇਕਰ ਇਹਨੂੰ ਜ਼ਮੀਨ ਦੇ ਵਿੱਚ ਕੋਈ ਸਿੱਟ ਵੀ ਦੇਵੇ ਮਿੱਟੀ ਦੇ ਵਿੱਚ ਗਲ ਜਾਂਦਾ ਜਦੋਂ ਕਿ ਪਲਾਸਟਿਕ ਨਹੀਂ ਗਲਦੀ ਤੇ ਜੇ ਇਹਨੂੰ ਅੱਗ ਲਾਈ ਜਾਂਦੀ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਸਾਰੀ ਜਿਹੜੀ ਪਲਾਸਟਿਕ ਯੂਜ਼ ਹੈ ਇਹਨੂੰ ਸਾੜ ਦਿੱਤਾ ਜਾਵੇ ਤੇ ਉਹਦੇ ਵਿੱਚੋਂ ਇੰਨੀਆਂ ਕਿ ਖਤਰਨਾਕ ਗੈਸਾਂ ਨਿਕਲਦੀਆਂ ਹਨ ਕਿ ਜਿਹਦੇ ਨਾਲ ਸਾਰੇ ਦਾ ਸਾਰਾ ਵਾਤਾਵਰਨ ਤਬ ਸਾਡੇ ਕੋਲ ਗਲੋਬਲ ਵਾਰਮਿੰਗ ਆ ਉਹ ਉਹਦੇ ਲਈ ਜ਼ਿੰਮੇਵਾਰ ਦੱਸੀ ਜਾ ਰਹੀ ਹੈ ਪਲਾਸਟਿਕ ਮਨੁੱਖ ਦੁਆਰਾ ਪੈਦਾ ਕੀਤੀ ਕਹੋ ਜੀ ਕਾਰਡ ਜਿਹੜੀ ਹੁਣ ਉਹਦੇ ਲਈ ਸਮੱਸਿਆ ਬਣ ਰਹੀ ਹੈ ਤੇ ਅਲਟੀਮੇਟਲੀ ਇਹਨੂੰ ਬੰਦ ਕਰਕੇ ਵਾਪਸ ਉੱਥੇ ਕਾਗਜ਼ ਵਾਲ ਨੂੰ ਜਾਣਾ ਪੈ ਰਿਹਾ ਇਹਦੇ ਤਹਿਤ ਅੱਜ ਤੋਂ ਕਿਹਾ ਜਾ ਸਕਦਾ ਕਿ ਇਹਦਾ ਕਾਊਂਟਡਾਊਨ ਕੈਨੇਡਾ ਦੇ ਵਿੱਚ ਸ਼ੁਰੂ ਹੋ ਗਿਆ ਸਿੰਗਲ ਯੂਜ਼ ਪਲਾਸਟਿਕ ਬੈਨ ਜਿਹਦੇ ਵਿੱਚ 6 ਆਈਟਮਸ ਅਜੇ ਸ਼ਾਮਲ ਕੀਤੀਆਂ ਗਈਆਂ ਨੇ ਅਗਲੀ ਗੱਲਬਾਤ ਬੇਬੀ ਫਾਰਮੂਲਾ ਬਾਰੇ ਬੇਬੀ ਫਾਰਮੂਲਾ ਬਾਰੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਗੱਲਬਾਤ ਕਰਦੇ ਆਏ ਹਾਂ ਸਿਰਫ ਕੈਨੇਡਾ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ ਵੀ ਇੱਕ ਬਹੁਤ ਵੱਡੀ ਸਮੱਸਿਆ ਬਣੀ ਸੀ ਬੇਬੀ ਫਾਰਮੂਲਾ ਮਿਲ ਨਹੀਂ ਸੀ ਰਿਹਾ ਹੁਣ ਅੱਜ ਕੈਨੇਡਾ ਦੇ ਵਿੱਚ ਇੱਕ ਖਾਸ ਸੂਚਨਾ ਦਿੱਤੀ ਗਈ ਆ ਜਿਹੜੇ ਲੋਕ ਬੇਬੀ ਫਾਰਮੂਲਾ ਖਰੀਦਦੇ ਆ ਬੱਚਿਆਂ ਦੇ ਲਈ ਸ਼ਾਪਰਸ ਡਰੱਗ ਮਾਰਟ ਰੀਕਾਲ ਕਰ ਰਿਹਾ ਆ ਬੇਬੀ ਫਾਰਮੂਲਾ ਜੇ ਤੁਸੀਂ ਸ਼ਾਪਰ ਡਰੱਗ ਮਾਰਟ ਤੋਂ ਇਹ ਬੇਬੀ ਫਾਰਮੂਲਾ ਜਿਹੜਾ ਐਬਟ ਬੇਬੀ ਫਾਰਮੂਲਾ ਆ ਐਬਟ ਕੰਪਨੀ ਦਾ ਉਹ ਖਰੀਦਿਆ ਆ ਤਾਂ ਉਹਨੂੰ ਨਾ ਵਰਤਿਆ ਜਾਵੇ ਇਹਦੇ ਵਿੱਚ ਕੁਝ ਸਾਲਮੋਨ ਵਾਲਾ ਕੰਟਾਮਿਨੇਸ਼ਨ ਜਾਂ ਕੁਝ ਜਿਹੜਾ ਕਰੋਨੋਬੈਕਟਰਸ ਕਾਸਕੀ ਜਿਹੜੇ ਆ ਕੁਝ ਜਿਹੜੇ ਦੱਸੇ ਜਾ ਰਹੇ ਆ ਕੈਮੀਕਲ ਟਰਮਸ ਕਿ ਇਹਦੇ ਕਰਕੇ ਇਹ ਖਤਰਨਾਕ ਹੋ ਸਕਦਾ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਸੀਐਫਆਈਏ ਕਹਿ ਰਹੀ ਆ ਕਿ ਪ੍ਰੋਡਕਟ ਪਹਿਲਾਂ ਵੀ ਰੀਕਾਲ ਕੀਤਾ ਗਿਆ ਸੀ ਫਰਵਰੀ 17 ਨੂੰ 2022 ਦੇ ਵਿੱਚ ਤੇ ਕੁਝ ਯੂਨਿਟ ਜਿਹੜੇ ਹੈਗੇ ਆ ਇਹਦੇ ਆਨਲਾਈਨ ਗਲਤੀ ਦੇ ਨਾਲ ਵਿਕ ਗਏ ਸੀ ਜਿੱਥੋਂ ਇਹ ਸਾਰੀ ਸਮੱਸਿਆ ਸ਼ੁਰੂ ਹੋਈ ਸੀ ਉਹਦੇ ਤੋਂ ਬਾਅਦ ਵੀ ਕੁਝ ਪ੍ਰੋਡਕਟ ਆਨਲਾਈਨ ਗਲਤੀ ਦੇ ਨਾਲ ਕਿਸੇ 에ਰਰ ਦੇ ਵਜ੍ਹਾ ਕਰਕੇ ਵਿਖਕਿਆ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਜੇ ਕਿਸੇ ਕੋਲ ਵੀ ਇਹ ਕਿਸੇ ਨੇ ਹੈਗੇ ਆ ਤਾਂ ਵਾਪਸ ਕੀਤੇ ਜਾਣ ਜਿਹੜੇ ਔਰ ਜਾਣਕਾਰੀ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਪ੍ਰੋਡਕਟ ਦੇ ਉੱਤੇ ਅਸਰ ਪਿਆ ਆ ਪੰਜ ਛੇ ਤਰ੍ਹਾਂ ਦਾ ਹੈ ਫਾਰਮੂਲਾ ਆ ਜਿਹਦੇ ਵਿੱਚ ਸਿਮਿਲੈਕ ਐਡਵਾਂਸ ਸਟੈਪ 1 ਮਿਲਕ ਬੇਸਡ ਆਇਰਨ ਫੋਰਟੀ ਫਾਈਵਡ ਇਨਫੈਂਟ ਫਾਰਮੂਲਾ ਪਾਊਡਰ ਆ ਐਸੇ ਤਰ੍ਹਾਂ ਸਿਮਿਲੈਕ ਦਾ ਐਡਵਾਂਸ ਸਟੈਪ 2 ਮਿਲਕ ਬੇਸਡ ਆਇਰਨ ਫੋਰਟੀ ਫਾਈਵਡ ਐਂਡ ਕੈਲਸ਼ੀਅਮ ਅਨ ਰਿਚਡ ਇਨਫੈਂਟ ਫਾਰਮੂਲਾ ਪਾਊਡਰ ਆ ਤੇ ਤੀਜੇ ਨੰਬਰ ਦੇ ਉੱਤੇ ਇਹਦੇ ਵਿੱਚ ਸਿਮਿਲੈਕ ਐਲਮੈਂਟਮ ਸਟੈਪ 1 ਹਾਈਪੋਲਰਜੈਨਿਕ ਇਨਫੈਂਟ ਫਾਰਮੂਲਾ ਪਾਊਡਰ ਆ ਤੇ ਆਖਰੀ ਜਿਹੜਾ ਉਹਨਾਂ ਨੇ ਰੀਕਾਲ ਕੀਤਾ ਚਾਰਾਂ ਦੇ ਵਿੱਚੋਂ ਉਹ ਸਿਮਿਲੈਕ ਐਡਵਾਂਸ ਸਟੈਪ 2 ਮਿਲਕ ਬੇਸਡ ਆਇਰਨ ਫੋਰਟੀਫਾਈਡ ਐਂਡ ਕੈਲਸ਼ੀਅਮ ਅੰਦਿਸ਼ਟ ਇਨਫੈਂਟ ਫਾਰਮੂਲਾ ਪਾਊਡਰ ਇਹਨਾਂ ਚਾਰਾਂ ਕਿਸਮ ਦੇ ਵਿੱਚੋਂ ਜੇਕਰ ਤੁਸੀਂ ਕੋਈ ਫਾਰਮੂਲਾ ਸ਼ਾਪ ਆਰ ਡਰਗ ਮਾਰਕਟ ਦੇ ਉੱਤੋਂ ਖਰੀਦਿਆ ਤਾਂ ਇਹਨੂੰ ਨਾ ਵਰਤਿਆ ਜਾਵੇ CFI ਨੇ ਇਹ ਕਿਹਾ ਆ ਕਿ ਇਹ ਜਿਹੜੇ ਰੀਕਾਲ ਪ੍ਰੋਡਕਟ ਹੈਗੇ ਆ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਯੂਜ਼ ਨਾ ਕੀਤਾ ਜਾਵੇ ਤੇ ਜੇ ਕਿਸੇ ਨੇ ਯੂਜ਼ ਕਰਨ ਤੋਂ ਬਾਅਦ ਕੋਈ ਸਮੱਸਿਆ ਆਈ ਆ ਤਾਂ ਡਾਕਟਰ ਦੇ ਨਾਲ ਸੰਪਰਕ ਕਰਨ ਫੂਡ ਕੰਟਾਮਿਨੇਸ਼ਨ ਜਿਹੜੀ ਸਾਲਮੋਨੇਲਾ ਦੇ ਨਾਲ ਹੋਈ ਸੀ ਉਹਦੇ ਨਾਲ ਕਹਿੰਦੇ ਆ ਕਿ ਇਦਾਂ ਲੱਗਦਾ ਕਿ ਜਿੱਦਾਂ ਇਹ ਖਰਾਬ ਹੋ ਗਿਆ ਆ ਤੁਹਾਨੂੰ ਬਿਮਾਰ ਕਰ ਸਕਦਾ ਆ ਜਿਹੜੇ ਯੰਗ ਚਿਲड्रन ਨੇ ਪ੍ਰੈਗਨੈਂਟ ਵੂਮਨ ਨੇ ਬਜ਼ੁਰਗ ਨੇ ਉਹਨਾਂ ਦਾ ਜਿਹਨਾਂ ਦਾ ਇਮਿਊਨ ਸਿਸਟਮ ਵੀਕ ਹੁੰਦਾ ਉਹਨਾਂ ਤੱਕ ਇਹ ਸਮੱਸਿਆ ਇਨਫੈਕਸ਼ਨ ਜਿਹੜੀ ਆ ਫੈਲ ਸਕਦੀ ਆ ਬੀਸੀ ਸਰਕਾਰ ਨੇ ਕੁਝ ਸਟੈਪ ਚੁੱਕੇ ਸੀ ਬੇਬੀ ਫਾਰਮੂਲਾ ਦੀ ਸਪਲਾਈਜ਼ ਨੂੰ ਪੂਰਾ ਕਰਨ ਦੇ ਲਈ ਮਿਨਿਸਟਰੀ ਆਫ ਹੈਲਥ ਨੇ ਗਾਈਡਲਾਈਨਸ ਫਾਰਮੇਸੀਜ਼ ਨੂੰ ਵੀ ਦਿੱਤੀਆਂ ਸੀ ਕਿ ਜਿਹੜੀਆਂ ਕੁਝ ਸਪੈਸ਼ਲਾਈਜ਼ਡ ਇਨਫੈਂਟ ਫਾਰਮੂਲਾ ਨੇ ਉਹਨਾਂ ਨੂੰ ਬਿਹਾਈਂਡ ਦਾ ਕਾਊਂਟਰ ਰੱਖੋ ਬਹੁਤ ਸਾਰੀ ਕਿਉਂਕਿ ਸ਼ਾਰਟੇਜ ਇੰਨੀ ਜ਼ਿਆਦਾ ਬੇਬੀ ਫਾਰਮੂਲਾ ਦੀ ਚੱਲ ਰਹੀ ਆ ਜਿਹੜੇ ਹਾਈਪੋਲਰਜਨਿਕ ਇਨਫੈਂਟ ਫਾਰਮੂਲਾਜ਼ ਹੈਗੇ ਆ ਉਹਨਾਂ ਨੂੰ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੇਬੀ ਫਾਰਮੂਲਾ ਵਰਤੇ ਜਾਂਦੇ ਆ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਕੁਝ ਫੂਡ ਅਲਰਜੀਜ਼ ਆ ਜੇ ਕੁਛ ਮੈਡੀਕਲ ਕੰਡੀਸ਼ਨ ਹੈਗੀਆਂ ਵੀ ਉਹ ਵੀ ਕਿਤੇ ਬੰਦ ਨਾ ਹੋ ਜਾਣ ਦਵਾਈ ਵਜੋਂ ਜਿਹਨਾਂ ਨਾਲ ਬੱਚਿਆਂ ਨੂੰ ਵਰਤੇ ਜਾਂਦੇ ਆ ਉਹਨਾਂ ਨੂੰ ਵੀ ਨਾ ਕਿਤੇ ਮਿਲਣੋਂ हट ਜਾਣ ਉਹਨਾਂ ਨੂੰ ਕਹੇ ਸੀ ਕਾਊਂਟਰ ਤੋਂ ਚੱਕ ਕੇ ਤੁਸੀਂ ਪਿੱਛੇ ਰੱਖ ਲਓ ਭਾਵ ਉਹਨੂੰ ਜੋ ਡਾਕਟਰ ਪ੍ਰਸਕ੍ਰਾਈਬ ਕਰੂਗਾ ਤਾਂ ਹੀ ਉਹ ਲੈ ਸਕਦੇ ਆ ਆਦਰਵਾਇਜ਼ ਨਹੀਂ ਪਹਿਲਾਂ ਜਦੋਂ ਸਪਲਾਈ ਪੂਰੀ ਸੀ ਉਦੋਂ ਉਹਨੂੰ ਕੋਈ ਵੀ ਲੈ ਸਕਦਾ ਸੀ ਬਿਨਾਂ ਡਾਕਟਰ ਦੇ ਪ੍ਰਸਕ੍ਰਿਪਸ਼ਨ ਤੋਂ ਜਿਸ ਤਰੀਕੇ ਨਾਲ ਆਪਾਂ ਸੁਧਾਰਨ ਬੇਬੀ ਫਾਰਮੂਲਾ ਜਾ ਕੇ ਕਿਸੇ ਸਟੋਰ ਤੋਂ ਲੈਨੇ ਆ ਉਸੇ ਤਰੀਕੇ ਦੇ ਨਾਲ ਜਿਹੜੇ ਇਹ ਹਾਈਪੋਲਰਜਨਿਕ ਇਨਫੈਂਟ ਫਾਰਮੂਲਾ ਸੀਗੇ ਉਹ ਲਏ ਜਾਂਦੇ ਸੀ ਪਰ ਹੁਣ ਨਹੀਂ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਸਪਲਾਈ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹਨੂੰ ਇੱਥੋਂ ਚੱਕ ਰਹੇ ਹਾਂ ਸੋ ਇਹ ਜਿਹੜਾ ਇਹਦੇ ਵਿੱਚ ਬਹੁਤ ਸਾਰੇ ਹਾਈਡਰੋਲਾਈਜ਼ਡ ਫਾਰਮੂਲਾਜ਼ ਨੇ ਜਿਹਦੇ ਵਿੱਚ ਮਾਈਨੋ ਐਸਿਡ ਬੇਸਡ ਫਾਰਮੂਲਾਜ਼ ਹੈਗੇ ਹੈ ਮਿਨਿਸਟਰੀ ਆਫ ਹੈਲਥ ਆਪਣੀ ਸਟੇਟਮੈਂਟ ਦੇ ਵਿੱਚ ਇਹ ਦੱਸ ਰਹੇ ਆ ਤੇ ਕਿਉਂਕਿ ਅਮਰੀਕਾ ਦੇ ਵਿੱਚ ਵੀ ਇਹਦੀ ਕਾਫੀ ਜ਼ਿਆਦਾ ਕਮੀ ਆਈ ਹੈ ਪਿਛਲੇ ਸਮੇਂ ਦੇ ਵਿੱਚ ਸੋ ਟੈਂਪੋਰਰੀ ਸ਼ਾਰਟੇਜ ਕੈਨੇਡਾ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਲੋਕ ਅਮਰੀਕਾ ਵਾਲੇ ਬਾਰਡਰ ਟਾਪ ਇਧਰਲੇ ਪਾਸਿਓਂ ਤੇ ਇਧਰਲੇ ਜਿਹੜੇ ਮਾਪੇ ਆ ਅਮਰੀਕਾ ਵਾਲੇ ਪਾਸਿਓਂ ਵੀ ਫਾਰਮੂਲਾ ਲੈ ਰਹੇ ਆ ਪਰ ਇੱਕ ਵਾਰੀ ਫੇਰ ਦੱਸਿਆ ਗਿਆ ਕਿ ਜਿਹੜਾ 에ਰਰ ਦੇ ਨਾਲ ਇਹ ਫਾਰਮੂਲਾ ਪਿਛਲੇ ਸਮੇਂ ਦੇ ਵਿੱਚ ਵਿਕ ਗਿਆ ਸੀ ਜਿਹਦੇ ਕੋਲ ਵੀ ਹੈ ਉਹਨੂੰ ਨਾ ਵਰਤੇ ਤੇ ਜੇ ਇਹਨੂੰ ਵਰਤਣ ਦੇ ਨਾਲ ਕੋਈ ਸਮੱਸਿਆ ਆਈ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਗਰਮੀ ਸਿਖਰ ਤੇ ਹੁੰਦੀ ਆ ਇਸ ਸਾਲ ਗਰਮੀ ਨਹੀਂ ਪੈ ਰਹੀ ਇਹਦੇ ਕਈ ਚੰਗੇ ਮਾੜੇ ਅਸਰ ਹੋ ਰਹੇ ਆ ਕੁਝ ਮਾਹਰ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਵਧ ਪਊਗੀ ਕੁਝ ਮਾਹਰ ਕਹਿ ਰਹੇ ਜੇ ਗਰਮੀ ਨਹੀਂ ਪੈ ਰਹੀ ਨਹੀਂ ਪੈ ਰਹਾ ਜੇ ਵੀ ਅੱਜ ਜਦੋਂ ਅਸੀਂ ਤੁਹਾਡੇ ਨਾਲ ਇਸ ਵੇਲੇ ਗੱਲਬਾਤ ਕਰ ਰਹੇ ਆ ਤਾਂ ਇਹਦਾ ਮਤਲਬ ਦੱਸਿਆ ਜਾ ਰਿਹਾ ਕਿ ਕਈ ਕਿਸਮ ਦੀਆਂ ਅਲਰਜੀਸ ਤੋਂ ਵੀ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਖਾਸ ਕਰ ਪੌਲਨ ਅਰਜੀ ਤੋਂ ਦੂਜਾ ਹੀ ਇਹਦੇ ਨਾਲ ਨਾਲ ਹੁਣ ਸਮੱਸਿਆ ਇਹ ਆਉਂਦੀ ਹੈ ਕਿ ਗਰਮੀਆਂ ਦੇ ਵਿੱਚ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ਦੇ ਵਿੱਚੋਂ ਬਰਫ਼ ਪਿਘਲਦੀ ਆ ਬਰਫ਼ ਪਿਘਲ ਕੇ ਪਾਣੀ ਦਰਿਆਵਾਂ ਦੇ ਵਿੱਚ ਆਉਂਦਾ ਦਰਿਆਵਾਂ ਦਾ ਪੱਧਰ ਉੱਚਾ ਹੁੰਦਾ ਤੇ ਉਹਦੇ ਤੋਂ ਬਾਅਦ ਫਿਰ ਹੜ੍ਹ ਆਉਂਦੇ ਆ ਹੜ੍ਹਾਂ ਦੇ ਨਾਲ ਬਹੁਤ ਸਾਰੀ ਤਬਾਹੀ ਹੁੰਦੀ ਆ ਫਰੇਜ਼ਰ ਵੈਲੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਜੇ ਤੱਕ ਪਹਿਲੀ ਹੋਈ ਤਬਾਹੀ ਵਿੱਚੋਂ ਬਾਹਰ ਨਹੀਂ ਆ ਰਹੀ ਲੋਕਾਂ ਦੇ ਜਿਹੜੇ ਪਿਛਲੀਆਂ ਸਰਦੀਆਂ ਦੇ ਵਿੱਚ ਹੜ੍ਹ ਦੇ ਨਾਲ ਘਰ ਤਬਾਹ ਹੋਏ ਆ ਉਹ ਉਹਨੂੰ ਠੀਕ ਠਾਕ ਕਰਨ ਦਾ ਯਤਨ ਕਰ ਰਹੇ ਆ ਤੇ ਹੁਣ ਦੱਸਿਆ ਇਹ ਜਾ ਰਿਹਾ ਕਿ ਇਸ ਵੇਲੇ ਸਪ੍ਰਿੰਗ ਦੇ ਵਿੱਚ ਜਿਹੜੀ ਸਨੋ ਮੈਲਟ ਹੋਈ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਅਜੇ ਵੀ ਹੜ੍ਹਾਂ ਦਾ ਖਤਰਾ ਉਸੇ ਤਰ੍ਹਾਂ ਬਰਕਰਾਰ ਆ ਜਿਹੜਾ ਅਨਸਟੇਬਲ ਵੈਦਰ ਆ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਅਜੇ ਵੀ ਹੜ੍ਹਾਂ ਦਾ ਕਾਰਨ ਬਣ ਸਕਦਾ ਡੇਵਿਡ ਕੈਂਬਲ ਜਿਹੜੇ ਹੈੱਡ ਨੇ ਰਿਵਰ ਫੋਰਕਾਸਟ ਸੈਂਟਰ ਦੇ ਉਹ ਦੱਸਦੇ ਆ ਕਿ ਜਿਹੜੇ ਰਿਵਰਸ ਤੇ ਲੇਕਸ ਹੈਗੇ ਉਹ ਆਪਣੇ ਹਾਈਟ ਦੇ ਉੱਤੇ ਪਹੁੰਚ ਚੁੱਕੇ ਆ ਪਰ ਅਜੇ ਵੀ 2 ਹਫ਼ਤਿਆਂ ਤੱਕ ਹੋਰ ਇਹ ਬਰਫ਼ ਪਿਗਲੀ ਜਾਣੀ ਹੈ ਤੇ ਇਹਨਾਂ ਦਰਿਆਵਾਂ ਦੇ ਵਿੱਚ ਇਹਨਾਂ ਲੇਕਸ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਚੱਕਿਆ ਜਾਣਾ ਉਹ ਕਹਿੰਦੇ ਐ ਸਾਲ ਦੇ ਉੱਤੇ ਜਿਆਦਾ ਰਿਸਕ ਜਿਹੜਾ ਸਨੋ ਪੈਕ ਦਾ ਹੁੰਦਾ ਆ ਕਿ ਉਹ ਮਾਊਂਟੇਨਸ ਦੇ ਉੱਤੇ ਜਦੋਂ ਪਿਗਲਦਾ ਆ ਤੇ ਉਹਦਾ ਰਿਸਕ ਜ਼ਿਆਦਾ ਹੁੰਦਾ ਤੇ ਇਸ ਵੇਲੇ ਵੀ ਉਸੇ ਤਰ੍ਹਾਂ ਹੀ ਹੈਗਾ ਆ ਜਿਹੜਾ ਪੂਰੀ ਦੀ ਪੂਰੀ ਬਰਫ਼ ਦੇ ਪਿਗਲਣ ਦੇ ਇਸ ਸਾਲ ਦਾ ਮਤਲਬ ਕਿਉਂਕਿ ਹੁਣ ਗਰਮੀ ਇੰਨੀ ਜ਼ਿਆਦਾ ਨਹੀਂ ਪਈ ਤੁਹਾਨੂੰ ਯਾਦ ਹੋਊਗਾ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਨੀ ਗਰਮੀ ਪਈ ਸੀ ਕਿ ਜਿਹੜੀ ਪਿਛਲੇ ਲੰਬੇ ਸਮੇਂ ਦੇ ਵਿੱਚ ਨਹੀਂ ਸੀ ਪਈ ਸਟੋਰਾਂ ਦੇ ਉੱਤੇ ਨਾ ਪੱਖੇ ਮਿਲ ਰਹੇ ਸੀ ਨਾ ਏਸੀ ਮਿਲ ਰਹੇ ਸੀ ਨਾ ਹੋਰ ਸਮਾਨ ਮਿਲ ਰਿਹਾ ਸੀ रिकॉर्ड ब्रेक ਜਿਹੜੀ ਇੱਥੇ ਗਰਮੀ ਪਈ ਸੀ ਪਰ ਹੁਣ ਉਹ ਗਰਮੀ ਬਿਲਕੁਲ ਵੀ ਨਹੀਂ ਪੈ ਰਹੀ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਮੌਸਮ ਜਿਹੜਾ ਠੰਡਾ ਚੱਲ ਰਿਹਾ ਹੈ ਜਿਹੜਾ এনवायरमेंट ਵਿਭਾਗ ਆ ਵਾਤਾਵਰਨ ਵਿਭਾਗ ਆ ਉਹ ਇਹ ਕਹਿ ਰਿਹਾ ਕਿ ਜੇ ਪਹਿਲਾਂ ਗਰਮੀ ਨਹੀਂ ਪਈ ਤੇ ਹੁਣ ਗਰਮੀ ਪਾਊਗੀ ਇਹਦਾ ਮਤਲਬ ਇਹ ਆ ਕਿ ਹੜਾਂ ਦਾ ਖਤਰਾ ਜੁਲਾਈ ਦੇ ਵਿੱਚ ਵੱਧ ਜਾਊਗਾ ਸੋ ਜੁਲਾਈ ਦੇ ਵਿੱਚ ਜ਼ਿਆਦਾ ਰਿਸਕ ਹੜਾਂ ਦਾ ਦੱਸਿਆ ਜਾ ਰਿਹਾ ਕਿਉਂਕਿ ਇਸ ਸਮੇਂ ਓਨੀ ਗਰਮੀ ਨਹੀਂ ਪਈ ਸੋ ਕਹਿਣ ਦਾ ਭਾਵ ਆ ਕਿ ਜਿਹੜੇ ਮੈਟਰੋਲੋਜਿਸਟ ਨੇ ਉਹ ਕਹਿ ਰਹੇ ਆ ਕਿ ਇਹਦਾ ਇਹ ਨਾ ਮਤਲਬ ਸਮਝਿਆ ਜਾਵੇ ਕਿ ਕਿਉਂਕਿ ਗਰਮੀ ਨਹੀਂ ਪਈ ਇਸ ਕਰਕੇ ਹੁਣ ਹੜਾਂ ਦਾ ਖਤਰਾ ਜੂਨ ਦੇ ਵਿੱਚ ਜ਼ਿਆਦਾ ਹੁੰਦਾ ਇਸ ਕਰਕੇ ਇਹ ਖਤਰਾ ਲੰਘ ਗਿਆ ਜਦੋਂ ਕਿ ਗਰਮੀ ਹੋ ਸਕਦਾ ਜੁਲਾਈ ਦੇ ਵਿੱਚ ਪਵੇ ਤੇ ਜਿਹੜਾ ਹੜਾਂ ਦਾ ਖਤਰਾ ਜੂਨ ਦੇ ਵਿੱਚ ਹੋਣਾ ਸੀ ਉਹ ਸਾਰੇ ਦਾ ਸਾਰਾ ਖਤਰਾ ਜੁਲਾਈ ਦੇ ਵਿੱਚ ਸਾਡੇ ਸਾਹਮਣੇ ਆਵੇ ਹੜ ਜ਼ਿਆਦਾ ਉਸ ਸਮੇਂ ਦੇ ਵਿੱਚ ਆ ਸਕਦੇ ਆ ਜਿਹੜਾ ਅ ਵੈਦਰ ਯਾਸ ਵੇਲੇ ਵਾਤਾ ਜਿਹੜਾ ਮੌਸਮ ਆ ਉਹ ਖਾਸ ਦੇ ਉੱਤੇ ਕੀ ਕਨਸਰਨ ਹੈਗਾ ਫਲਡ ਰਿਸਕ ਦੇ ਲਈ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਸਨੋ ਪਈ ਆ ਬਹੁਤ ਜ਼ਿਆਦਾ ਉਹਨੇ ਜਿਸ ਤਰੀਕੇ ਨਾਲ ਮੈਲਟ ਹੋਣਾ ਆ ਤੇ ਜਿੱਦਾਂ ਉਹ ਸਾਰਾ ਕੁਝ ਇਧਰਲੇ ਪਾਸੇ ਆਉਣਾ ਆ ਉਹਨੇ ਜਿੰਨੇ ਵਾਟਰਵੇਜ਼ ਨੇ ਜਾਂ ਦਰਿਆ ਨੇ ਉਹਨਾਂ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਪਾਣੀ ਨੂੰ ਪਾਣੀ ਦੇ ਪੱਧਰ ਨੂੰ ਚੱਕਣਾ ਆ ਤੇ ਕਈ ਥਾਵਾਂ ਦੇ ਉੱਤੇ এনवायरमेंट ਤੇ ਕਲਾਈਮੇਟ ਚੇਂजेस ਕੈਨੇਡਾ ਨੇ ਜਿਹੜੀਆਂ ਹੈਗੀਆਂ ਸਵियर थंडरਸਟ੍ਰੋਮ ਵਾਚਸ ਈਸਟ ਕੋਲੰਬੀਆ ਈਸਟ ਕੋਟਨੀ ਜਾਂ ਕੋਟਨੀ ਲੇਕ ਰੀਜਨ ਦੇ ਵਿੱਚ ਵੀ ਇਹ ਵਾਰਨਿੰਗ ਵੀ ਦਿੱਤੀਆਂ ਹੈ ਕਿ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਜਿਹੜੇ ਤੇਜ਼ ਆ ਉਹ ਬਾਰਿਸ਼ ਵੀ ਇਹਨਾਂ ਥਾਵਾਂ ਦੇ ਉੱਤੇ ਹੋ ਸਕਦੀ ਹੈ ਸੋ ਐਸ ਵੇਲੇ ਜਿਹੜਾ ਸੈਂਟਰ ਲੋਕਰਨਾਗਰ ਰੀਜਨ ਡਿਸਟ੍ਰਿਕਟ ਹੈਗਾ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਸੀ ਅੱਬ ਲੱਗੇ ਸ਼ੁੱਕਰਵਾਰ ਕੋਕਰਨਾਗਰ ਲੇਕ ਦੇ ਵਿੱਚ 3 ਸੈਂਟੀਮੀਟਰ ਜਿਹੜਾ ਪਾਣੀ ਆ ਉੱਤੇ ਆ ਸਕਦਾ ਹੈ ਜਿਹੜੇ ਜਿਹੜੇ ਲੋਕ ਉਹਨਾਂ ਏਰੀਆ ਦੇ ਵਿੱਚ ਰਹਿ ਰਹੇ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਆਪਣੇ ਜਿਹੜੇ ਸੇਫ ਥਾਵਾ ਉਹਨਾਂ ਦੇ ਵੱਲੋਂ ਦੇਖਣਾ ਸ਼ੁਰੂ ਕਰੋ ਜਾਂ ਉੱਥੇ ਚਲੇ ਜਾਓ ਇਸ ਵੇਲੇ ਫਲਡ ਜਿਹੜੀ ਆ ਜਿਹੜੀ ਹੜ੍ਹਾਂ ਦੀ ਸਿਚੁਏਸ਼ਨ ਆ ਬੀਸੀ ਦੇ ਵਿੱਚ ਅਜੇ ਤੱਕ ਉਸੇ ਤਰ੍ਹਾਂ ਬਣੀ ਆ ਕਿਉਂਕਿ ਗਰਮੀ ਜੁਲਾਈ ਮਹੀਨੇ ਦੇ ਵਿੱਚ ਪੈਣੀ ਆ ਇਸ ਕਰਕੇ ਆਸ ਜਿਹੜੀ ਜਾਂ ਇਹ ਡਰ ਲੋਕਾਂ ਦੇ ਮਨ ਵਿੱਚ ਹੈਗਾ ਤੇ ਇਸ ਗੱਲ ਤੇ ਯਾਰ ਵੀ ਰਹਿਣਾ ਚਾਹੀਦਾ ਕਿ ਜ਼ਿਆਦਾ ਹੜਾਂ ਦਾ ਖਤਰਾ ਅਗਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਵੇ ਕੈਨੇਡਾ ਦੇ ਵਿੱਚ ਪੁਲਿਸ ਕਿਸ ਤਰੀਕੇ ਦੇ ਨਾਲ ਇੱਕ ਅਪਰਾਧੀ ਨੂੰ ਫੜਦੀ ਆ ਉਹਨੂੰ ਹੈਂਡਲ ਕਰਦੀ ਆ ਇਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਆ ਕੈਨੇਡਾ ਦੀ ਪੁਲਿਸ ਉਹਨਾਂ ਨੂੰ ਗਲ ਤੋਂ ਨੱਕ ਤੋਂ ਗਰਦਨ ਤੋਂ ਉਹਨਾਂ ਨੂੰ ਕਿਸ ਤਰੀਕੇ ਨਾਲ ਫੜਦੀ ਆ ਕਿਸ ਤਰੀਕੇ ਨਾਲ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਆ ਰਬੜ ਬੁਲੇਟ ਯੂਜ਼ ਕਰਦੀ ਆ ਟੀਅਰ ਗੈਸ ਯੂਜ਼ ਕਰਦੀ ਆ ਇਹਨਾਂ ਸਾਰਿਆਂ ਦੇ ਉੱਤੇ ਕੁਝ ਸਵਾਲ ਉੱਠਣੇ ਸ਼ੁਰੂ ਹੋ ਗਏ ਆ ਤੇ ਹੁਣ ਓਟਵਾ ਵੱਲੋਂ ਕੁਝ ਡਾਇਰੈਕਟਿਵਜ਼ ਆ ਰਹੇ ਆ ਕੁਝ ਨਿਰਦੇਸ਼ ਆ ਰਹੇ ਆ ਕੈਨੇਡਾ ਦੀ ਰਾਜਧਾਨੀ ਵੱਲੋਂ ਕਿ RCMP ਨੂੰ ਨੈਕ੍ਰਸਟ੍ਰੀਨ ਟਾਇਰ ਗੈਸ ਰਬੜ ਬੁਲੇਟਸ ਨਈ ਵਰਤਣੇ ਚਾਹੀਦੇ ਜਿਸ ਤਰ੍ਹਾਂ ਪਹਿਲਾਂ ਵਰਤੇ ਜਾਂਦੇ ਰਹੇ ਆ ਇਹਨੂੰ ਬੰਦ ਕਰ ਦੇਣਾ ਚਾਹੀਦਾ ਅਮਰੀਕਾ ਦੇ ਵਿੱਚ ਜਾਰਜ ਫਲੌਇਡ ਦੀ ਮੌਤ ਹੋਈ ਸੀ ਜਦੋਂ ਉਹਨੇ ਪੁਲਿਸ ਵਾਲੇ ਨੇ ਜਾਰਜ ਫਲੌਇਡ ਦੀ ਥੌਣ ਦੇ ਉੱਤੇ ਗੋਡਾ ਰੱਖ ਦਿੱਤਾ ਸੀ ਸਾਹ ਘੁੱਟ ਕੇ ਮੌਤ ਹੋ ਗਈ ਸੀ ਕੈਨੇਡਾ ਦੇ ਵਿੱਚੋਂ ਵੀ ਪੁਲਿਸ ਨੂੰ ਡਾਇਰੈਕਟਿਵਜ਼ ਆ ਰਹੇ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਅਪਰਾਧੀ ਨੂੰ ਫੜਨਾ ਬੰਦ ਕਰੋ ਉਹਨੂੰ ਕੁਛ ਨਾ ਕੁਛ ਕਿਸੇ ਹੋਰ ਤਰੀਕੇ ਦੇ ਨਾਲ ਫੜਿਆ ਜਾਵੇ ਹੁਣ ਜਿਹੜਾ ਜਿਹੜੀਆਂ ਲੈਸ ਲੀਥਲ ਆਪਸ਼ਨਸ ਦੱਸਿਆ ਜਾ ਰਿਹਾ ਕਿ ਤੁਸੀਂ ਉਹਨਾਂ ਨੂੰ ਵਰਤੋ ਬਹੁਤ ਸਾਰੇ ਲੋਕ ਇਸ ਗੱਲ ਦੇ ਹੱਕ ਵਿੱਚ ਸੀ ਰੌਲਾ ਪਾ ਰਹੇ ਸੀ ਕਿ ਪੁਲਿਸ ਦਾ ਲੋਕਾਂ ਨੂੰ ਹੈਂਡਲ ਕਰਨ ਦਾ ਤਰੀਕਾ ਸਹੀ ਨਹੀਂ ਹੈ ਵੈਂਕੂਵਰ ਬਲੈਕ ਲਾਈਫ ਮੈਟਰਸ ਦੇ ਕੁਝ ਜਿਹੜੇ ਜਿਹੜੇ ਆਰਗੇਨਾਈਜ਼ਰ ਨੇ ਜਾਂ ਇਹਦੇ ਲੀਡਰ ਨੇ ਉਹ ਕਹਿ ਰਹੇ ਸੀ ਕਿ ਪੁਲਿਸ ਜਿਹੜੀ ਫੋਰਸ ਟੈਕਨੀਕਸ ਨੂੰ ਯੂਜ਼ ਕਰਦੀ ਆ ਇਹ ਬਹੁਤ ਜ਼ਿਆਦਾ ਖਤਰਨਾਕ ਆ ਤੇ ਪਿੱਛੇ ਜੇ ਜਦੋਂ ਜਿਹੜਾ 올ਡ ਗ੍ਰੋਥ ਲੌਗਿੰਗ ਐਕਟਿਵਿਸਟਸ ਨੇ ਵੈਨਕੂਵਰ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਜਿਹੜੀ 올ਡ ਗ੍ਰੋਥ ਦੇ ਹੱਕ ਦੇ ਵਿੱਚ ਵੱਖ-ਵੱਖ ਬ੍ਰਿਜਸ ਦੇ ਉੱਤੇ ਸਵੇਰੇ-ਸਵੇਰੇ ਖਾਸ ਕਰਕੇ ਸੋਮਵਾਰ ਨੂੰ ਜਾ ਕੇ ਲੋਕ ਖੜੇ ਹੋ ਜਾਂਦੇ ਰਸਤਾ ਰੋਕਦੇ ਆ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਪੁਰਾਣੇ ਦਰਖਤਾਂ ਸੈਂਕੜੇ ਸਾਲ ਪੁਰਾਣੇ ਦਰਖਤਾਂ ਜਾਂ ਪੁਰਾਣੇ ਜੰਗਲ ਆ ਉਹਨਾਂ ਨੂੰ ਨਾ ਵੱਢਿਆ ਜਾਵੇ ਨਾ ਬਰਬਾਦ ਕੀਤਾ ਜਾਵੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਫੜ ਕੇ ਬਾਹਰ ਸੜਕਾਂ ਤੋਂ ਪਾਸੀ ਕੀਤਾ ਸੀ ਉਹਦੇ ਉੱਤੇ ਵੀ ਬਹੁਤ ਸਾਰੇ ਸਵਾਲ ਉੱਠੇ ਸੀ ਕਿ ਕਿਸੇ ਨੂੰ ਪੁਲਿਸ ਕਿਸ ਤਰੀਕੇ ਦੇ ਨਾਲ ਲੈਸ ਵਾਇਲੈਂਟ ਤਰੀਕੇ ਦੇ ਨਾਲ ਫੜ ਸਕਦੀ ਆ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਇਹ ਵੀ ਕਹਿ ਰਹੇ ਆ ਕਿ ਤੁਸੀਂ ਇਸ ਤਰੀਕੇ ਨਾਲ ਪੁਲਿਸ ਨੂੰ ਕਮਜ਼ੋਰ ਵੀ ਕਰ ਰਹੇ ਆ ਕਿ ਉਹ ਅਪਰਾਧੀ ਨੂੰ ਕਿਸ ਤਰੀਕੇ ਨਾਲ ਫੜੇ ਜੇ ਪੁਲਿਸ ਦੇ ਉੱਤੇ ਪਾਬੰਦੀਆਂ ਜ਼ਿਆਦਾ ਲੱਗ ਰਹੀਆਂ ਆ ਤਾਂ ਇਹਦੇ ਨਾਲ ਅਪਰਾਧੀਆਂ ਨੂੰ ਬਿਨਾਂ ਸ਼ੱਕ ਕਿਤੇ ਨਾ ਕਿਤੇ ਫਾਇਦਾ ਹੋਊਗਾ ਬਹੁਤ ਸਾਰ ਸਾਰੀਆਂ ਥਾਵਾਂ ਦੇ ਉੱਤੇ ਪੁਲਿਸ ਦੇ ਨਾਲ ਬੋਡੀ ਕੈਮਰਾਜ਼ ਇਹਨਾਂ ਦੇਸ਼ਾਂ ਦੇ ਵਿੱਚ ਜ਼ਰੂਰੀ ਨੇ ਕਿ ਉਹ ਬੋਡੀ ਕੈਮਰਾਜ਼ ਔਨ ਹੁੰਦੇ ਆਲਵੇਜ਼ ਰਿਕਾਰਡ ਕਰਦੇ ਆ ਤਾਂ ਕਿ ਬਾਅਦ ਦੇ ਵਿੱਚ ਪਤਾ ਲੱਗ ਸਕੇ ਕਿ ਕਿਸੇ ਪੁਲਿਸ ਵਾਲੇ ਨੇ ਆਮ ਵਿਅਕਤੀ ਦੇ ਨਾਲ ਧੱਕਾ ਤਾਣੀ ਕੀਤਾ ਕ੍ਰੀਡੈਂਸ਼ਰ ਸਰਕਾਰ ਨੇ ਹੁਣੇ ਅਨਾਊਂਸਮੈਂਟ ਕੀਤੀ ਹੈ ਇੱਕ ਜਿਹਦੇ ਵਿੱਚ ਉਹਨਾਂ ਨੇ ਆਰਸੀਐਮ ਨੂੰ ਡਾਇਰੈਕਟ ਕੀਤਾ ਆ ਕਿ ਜਿਹੜੇ ਉਹਨਾਂ ਦੇ ਕੰਟਰੋਵਰਸ਼ੀਅਲ ਟੈਕਟਿਕਸ ਨੇ ਕੋਸ਼ ਕਿਸੇ ਵਿਅਕਤੀ ਨੂੰ ਫੜਨ ਵਾਲੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਨਾ ਇਸ ਤਰੀਕੇ ਨਾਲ ਫੜਿਆ ਜਾਵੇ ਔਰ ਲੰਬੇ ਸਮੇਂ ਤੋਂ ਇਹ ਸਾਰਾ ਕੁਝ ਯੂਜ਼ ਕੀਤਾ ਜਾਂਦਾ ਰਿਹਾ ਪਬਲਿਕ ਸੇਫਟੀ ਮਿਨਿਸਟਰ ਸਾਡੇ ਸੇਫਟੀ ਮਿਨਿਸਟਰ ਨੇ ਮੈਕ੍ਰੋ ਮੰਡਟ ਯੂ ਉਹਨਾਂ ਨੇ ਇੱਕ ਮੰਡੇਟ ਲੈਟਰ ਇਸ਼ੂ ਕੀਤੀ ਸੀ ਆਰਸੀਐਮਪੀ ਕਮਿਸ਼ਨਰ ਨੂੰ ਜਿਹਦੇ ਵਿੱਚ ਕਿਹਾ ਸੀ ਕਿ ਪੁਲਿਸ ਜਿਹੜੀ ਆ ਉਹ ਨਵੀਆਂ ਟੈਕਨੀਕਸ ਯੂਜ਼ ਕਰੇ ਜਿਹੜੇ ਜਿਹੜੀਆਂ ਡਿਵੈਲਪਿੰਗ ਨੈਸ਼ਨਲ ਸਟੈਂਡਰਡਸ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਅੱਗੇ ਲਿਆਂਦਾ ਜਾਵੇ ਤਾਂ ਕਿ ਅਪਰਾਧੀ ਨੂੰ ਫੜਨ ਦੇ ਲਈ ਜਾਂ ਜਿਹੜਾ ਵਿਅਕਤੀਆਂ ਨੂੰ ਫੜਨ ਦੇ ਲਈ ਨਵੀਆਂ ਟੈਕਨੀਕਸ ਵਰਤੀਆਂ ਜਾਂਦੇ ਉਹਨਾਂ ਟੈਕਨੀਕਸ ਦਾ ਹੁਣ ਜੇਕਰ ਫੈਡਰਲ ਲੈਵਲ ਤੋਂ ਅਨਾਉਂਸਮੈਂਟ ਹੁੰਦੀ ਆ ਤਾਂ ਬ੍ਰਿਟਿਸ਼ ਕੋਲੰਬੀਆ ਦੇ ਉੱਤੇ ਵੀ ਅਸਰ ਪਊਗਾ ਕੁਝ ਜਿਹੜੇ ਸਾਬਕਾ RCMP ਆਫੀਸਰ ਨੇ ਉਹ ਦੇਖ ਰਿਹਾ ਹੈ ਦੇਖ ਰਿਹਾ ਹੈ ਇਸ ਚੀਜ਼ ਨੂੰ ਕਿ ਇਹਦੇ ਨਾਲ ਦੋਵੇਂ ਚੀਜ਼ਾਂ ਨੇ ਜਿੱਥੇ ਸਰਕਾਰ ਦੇ ਫੈਸਲੇ ਦੇ ਨਾਲ ਜਿਹੜਾ ਇੱਕ ਵਿਅਕਤੀ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਿੱਦਾਂ ਹੋ ਸਕਦੀ ਹੈ ਉਹਨੂੰ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਸਕਦਾ ਇਹਦੇ ਵਿੱਚ ਸੌਖ ਹੋਊਗੀ ਦੂਜੇ ਪਾਸੇ ਇਹਦੇ ਨਾਲ ਜਿਹੜਾ ਪੁਲਿਸ ਨੂੰ ਅਖਿਆਈ ਵੀ ਆਉਗੀ ਕਿ ਇਹਨਾਂ ਲੋਕਾਂ ਨੂੰ ਬਿਨਾ ਇਹਨਾਂ ਤਰੀਕਿਆਂ ਤੋਂ ਕਿਸ ਤਰੀਕੇ ਦੇ ਨਾਲ ਫੜਨਾ ਕਿਉਂਕਿ ਤੁਸੀਂ ਉਹਨਾਂ ਦੀਆਂ ਆਪਸ਼ਨਸ ਨੂੰ ਲਿਮਟ ਕਰ ਰਹੇ ਆ ਕਿ ਤੁਸੀਂ ਆਹ ਆਹ ਆਪਸ਼ਨ ਨਹੀਂ ਵਰਤ ਸਕਦੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜੇ ਤੁਸੀਂ ਜਿਹੜੇ ਅਥਰੂ ਗੈਸ ਆ ਉਹ ਤਾਂ ਹੁਣ ਜਿਹੜੀ ਆ ਲੜਾਈ ਦੇ ਸਮੇਂ ਵੀ ਨਹੀਂ ਯੂਜ਼ ਕੀਤੀ ਜਾਂਦੀ ਉੱਥੇ ਵੀ ਕਿਹਾ ਗਿਆ ਕਿ ਇਹ ਇਹ ਇਹਨੂੰ ਇਹ ਓ ਸਟੈਂਡਰਡ ਦੇ ਅਕੋਰਡਿੰਗਲੀ ਨਹੀਂ ਆ ਜਿਹੜੀ ਟਾਇਰ ਗੈਸ ਆ ਇਹਨੂੰ ਇੰਟਰਨੈਸ਼ਨਲ ਕਨਵੈਨਸ਼ਨਸ ਦੇ ਵੀ ਅਗੇਂਸਟ ਆ ਇਹਨੂੰ ਵਰਤਾ ਹੀ ਨਹੀਂ ਜਾ ਸਕਦਾ ਕਿਸੇ ਤਾਂ ਤੁਸੀਂ ਇੱਥੇ ਫਿਰ ਆਪਣੇ ਦੇਸ਼ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਫੜਨ ਦੇ ਲਈ ਇਹਦੀ ਵਰਤੋਂ ਕਿੱਦਾਂ ਕੀਤੀ ਕਿੱਦਾਂ ਕਰ ਸਕਦੇ ਹਾਂ ਸੋ ਇਸ ਵੇਲੇ ਬਹੁਤ ਤੁਹਾਡਾ ਸਵਾਲ ਕਿਸ ਤਰੀਕੇ ਦੇ ਨਾਲ ਇਹ ਨਵੇਂ ਮੰਡੇਟ ਜਿਹੜਾ ਆ ਆਰਸੀਐਮਪੀ ਦੇ ਲਈ ਫੈਡਰਲ ਸਰਕਾਰ ਦਾ ਆਟਵਾ ਤੋਂ ਕੀ ਅਸਰ ਪਾਊਗਾ ਕੀ ਇਹਦੇ ਨਾਲ ਸੁਧਾਰ ਹੋਊਗਾ ਜਾਂ ਕਿੰਨਾ ਕੁ ਪੁਲਿਸ ਨੂੰ ਹੋਰ ਰੁਖਿਆਈ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਖਬਰ ਕੈਲਗਰੀ ਤੋਂ ਆ ਰਹੀ ਹੈ ਕੈਲਗਰੀ ਦੇ ਅਫੀਸ਼ੀਅਲ ਦੱਸ ਰਹੇ ਆ ਕਿ ਜਿਹੜੀ ਐਨੀਮਲ ਵੈਲਫੇਅਰ ਆਰਗੇਨਾਈਜੇਸ਼ਨ ਪੂਰੇ ਸ਼ਹਿਰ ਦੇ ਵਿੱਚ ਦੱਸ ਰਿਹਾ ਕਿ ਉਸ ਵੇਲੇ ਸੰਕਟ ਦੇ ਵਿੱਚ ਸੰਕਟ ਇਹ ਆ ਕਿ ਬਹੁਤ ਸਾਰੇ ਲੋਕ ਆਪਣੇ ਆਪਣੇ ਐਨੀਮਲਸ ਨੂੰ ਸਰੈਂਡਰ ਕਰ ਰਹੇ ਆ ਉੱਥੇ ਤੇ ਅਡਾਪਸ਼ਨ ਬਹੁਤ ਡਾਊਨ ਆ ਭਾਵ ਜੇ ਕੋਈ ਪੈਟ ਜੇ ਕੋਈ ਡੌਗ ਉੱਥੇ ਉਹਨਾਂ ਨੇ ਲੋਕ ਜਿਹੜੇ ਸਰੈਂਡਰ ਕਰਨ ਵਾਲੇ ਕਿ ਸਾਡੇ ਕੋਲ ਨਹੀਂ ਸੰਭਿਆ ਜਾਂਦਾ ਤੁਸੀਂ ਰੱਖ ਲਓ ਇਹਨੂੰ ਇੱਥੇ ਆਪਣੇ ਇਹ ਜਿਹੜੀ ਵੈਲਫੇਅਰ ਆਰਗੇਨਾਈਜੇਸ਼ਨ ਆ ਉਹਨੂੰ ਦੇ ਜਾਂਦੇ ਆ ਉਹਨਾਂ ਦੀ ਗਿਣਤੀ ਵਧ ਰਹੀ ਆ ਕਈ ਵਾਰੀ ਲੋਕਾਂ ਦੀ ਵੇਟਿੰਗ ਹੁੰਦੀ ਆ ਕਿ ਸਾਨੂੰ ਕੋ ਪੈਟ ਜਿਹੜਾ ਉਹ ਅਸੀਂ ਅਡਾਪਟ ਕਰਨਾ ਹੈ ਸਾਨੂੰ ਦਿੱਤਾ ਜਾਵੇ ਉਹਨਾਂ ਦੀ ਗਿਣਤੀ ਐ ਇਸ ਵੇਲੇ ਘਟ ਰਹੀ ਆ ਤੇ ਹੁਣ ਸਮੱਸਿਆ ਇਹ ਪੈਦਾ ਹੋ ਰਹੀ ਆ ਕਿ ਉਹਨਾਂ ਕੋਲ ਉਹ ਐਨੀਮਲਸ ਭਰ ਗਏ ਆ ਤੇ ਜਿਨ੍ਹਾਂ ਨੂੰ ਕੇਅਰ ਦੀ ਜ਼ਰੂਰਤ ਆ ਉਹਨਾਂ ਦੀ ਗਿਣਤੀ ਲਗਾਤਾਰ ਵਧੀ ਜਾ ਰਹੀ ਐ ਇੱਕ ਸਟੇਟਮੈਂਟ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਰਿਲੀਜ਼ ਕੀਤੀ ਐ ਕੈਲਗਰੀ ਨੇ ਕਿ ਕੈਲਗਰੀ ਜਿਹੜੀ ਹਿਊਮਨ ਸੁਸਾਇਟੀ ਆ ਅਲਬਰਟਾ ਐਨੀਮਲ ਰੈਸਕਿਊ ਕਰੀਊ ਸੁਸਾਇਟੀ AARC S ਉਹ ਇਹ ਕਹਿ ਰਹੇ ਆ ਕਿ ਇਹਨਾਂ ਫੈਕਟਰਸ ਦੇ ਕਰਕੇ ਜਿਹੜੇ ਪੈਟ ਸ਼ੈਲਟਰਸ ਨੇ ਤੇ ਉੱਥੇ ਐਸ ਜਿਹੜੀਆਂ ਹਿਊਮਨ ਸੁਸਾਇਟੀਆਂ ਨੇ ਉਹਨਾਂ ਦੇ ਰੈਸਕਿਊ ਸ਼ੈਲਟਰਸ ਪੂਰੀ ਤਰ੍ਹਾਂ ਐਸ ਵੇਲੇ ਭਰ ਚੁੱਕੇ ਆ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਜਾਂ ਤਾਂ ਇਹਨਾਂ ਪੈਟਸ ਨੂੰ ਅਡਾਪਟ ਕਰੋ ਇੱਕ ਵੱਡੀ ਇਨਕਰੀਜ਼ ਪਿਛਲੇ ਸਮੇਂ ਦੇ ਵਿੱਚ ਐਨਾ ਐਨੀਮਲਸ ਦੇ ਵਿੱਚ ਦੇਖਣ ਨੂੰ ਮਿਲੀ ਆ ਕਾਰਨ ਉਹਦੇ ਵੱਖਰੇ ਵੱਖਰੇ ਦੱਸੇ ਜਾ ਰਹੇ ਆ ਕਿ 200% ਇਨਕਰੀਜ਼ ਕੁਝ ਥਾਵਾਂ ਦੇ ਉੱਤੇ ਹੋਈ ਆ ਜਿਹੜੇ ਲੋਕ ਆਪਣੇ ਪੈਟਸ ਨੂੰ ਸਰੈਂਡਰ ਕਰ ਰਹੇ ਆ ਜਿਹੜੀ ਇਹ ਇਹਦੇ ਨਾਲ ਹੋਕੀ ਰਿਹਾ ਚਾਹੇ ਪੰਡੈਮਿਕ ਸੀ ਪੰਡੈਮਿਕ ਪੰਡੈਮਿਕ ਵੇਲੇ ਲੋਕਾਂ ਨੇ ਘਰਾਂ ਦੇ ਵਿੱਚ ਇਹਨਾਂ ਪੈਟਸ ਦੇ ਨਾਲ ਸਮਾਂ ਜ਼ਿਆਦਾ ਬਤਾਉਣਾ ਸ਼ੁਰੂ ਕਰ ਦਿੱਤਾ ਉਹਦੇ ਤੋਂ ਬਾਅਦ ਲੋਕ ਬੈਕ ਟੂ ਵਰਕ ਚਲੇ ਗਏ ਉਹਦੇ ਨਾਲ ਵੀ ਕੁਝ ਮੁਸ਼ਕਲਾਂ ਆਈਆਂ ਪਰ ਜਿੰਨੇ ਵੀ ਇਹ ਕਾਰਨ ਬਣਿਆ ਅਲਟੀਮੇਟਲੀ ਉਹਦਾ ਸਿੱਧਾ-ਸਿੱਧਾ ਅਸਰ ਐਸ ਵੇਲੇ ਇਹਨਾਂ ਸ਼ੈਲਟਰਸ ਦੇ ਉੱਤੇ ਪੈ ਰਿਹਾ ਜਿੱਥੇ ਇਹਨਾਂ ਐਨੀਮਲਸ ਨੂੰ ਰੱਖਿਆ ਜਾ ਰਿਹਾ ਜਿਹੜੇ ਲੋਕ ਹੁਣ ਉਹਨੇ ਹੀ ਉਹਨਾਂ ਕੋਲੇ ਹਿਊਮਨ ਰਿਸੋਰਸਸ ਵੀ ਘੱਟ ਨੇ ਵਲੰਟੀਅਰਸ ਨੇ ਜਾਂ ਫਾਈਨੈਂਸ਼ੀਅਲ ਰਿਸੋਰਸਸ ਨੇ ਉਹ ਸਾਰਾ ਕੁਝ ਇਹਨਾਂ ਥਾਵਾਂ ਦੇ ਉੱਤੇ ਇੱਕ ਪ੍ਰੈਸ਼ਰ ਪੈ ਰਿਹਾ ਹੈ ਤੇ ਜਿਹੜੇ ਹਿਊਮਨ ਸੁਸਾਇਟੀ ਤੇ ਏ ਆਰ ਸੀ ਐਸ ਆ ਉਹ ਐਸ ਵੱਲੇ ਦੱਸ ਰਹੇ ਆ ਕਿ ਜਿਹੜਾ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਕੁਝ ਪ੍ਰੋਗਰਾਮ ਵੀ ਉਹਨਾਂ ਨੇ ਬੰਦ ਕਰ ਦਿੱਤੇ ਆ ਟੈਂਪਰੇਰੀਲੀ ਸਸਪੈਂਡ ਕਰ ਦਿੱਤੇ ਜਿਵੇਂ ਸਿਟੀ ਦੇ ਵਿੱਚ ਕੈਟ ਟ੍ਰੈਪਿੰਗ ਪ੍ਰੋਗਰਾਮ ਸੀਗਾ ਜਿਹੜੀਆਂ ਇੱਧਰ ਉੱਧਰ ਕੈਟਸ ਜਿਹੜੀਆਂ ਫਿਰਦੀਆਂ ਸੀਗੀਆਂ ਉਹਨਾਂ ਨੂੰ ਫੜ ਲਿਆ ਜਾਂਦਾ ਸੀਗਾ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਐਸੀ ਤਰ੍ਹਾਂ ਜਿਹੜਾ ਕੁਝ ਪ੍ਰੋਗਰਾਮ ਆ ਹੋਰ ਉਹਨਾਂ ਨੂੰ ਉਹਨਾਂ ਨੇ ਟੈਂਪੋਰਰੀਲੀ ਸਸਪੈਂਡ ਕਰ ਦਿੱਤਾ ਤੇ ਮਸਲਾ ਉਹਨਾਂ ਕੋਲ ਇੰਨਾ ਹੀ ਆ ਕਿ ਸਾਡੇ ਕੋਲੇ ਪੈਟਸ ਜਿਹੜੇ ਸਰੈਂਡਰ ਕਰਨ ਵਾਲੇ ਦੇਣ ਵਾਲੇ ਲੋਕ ਵਧ ਗਏ ਆ ਜਿਹੜੇ ਅਡਾਪਟ ਕਰਨਾ ਚਾਹੁੰਦੇ ਉਹਨਾਂ ਦੀ ਗਿਣਤੀ ਘਟ ਗਈ ਹੈ ਇਸ ਕਰਕੇ ਇੱਕ ਵੱਡਾ ਪ੍ਰੈਸ਼ਰ ਇਸ ਸਿਸਟਮ ਦੇ ਉੱਤੇ ਇਸ ਵੇਲੇ ਪਿਆ ਆ ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਆਪਾਂ ਇੱਕ ਖਾਸ ਗੱਲਬਾਤ ਕਰਦੇ ਆ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਦੋਸਤੋ ਅੱਜ ਜਿਵੇਂ ਆਈਆਂ ਡਾਕਟਰ ਪਾਰਗਰਸਨ ਭੋਜੀ ਹੁਣਾਂ ਕੋਲ ਗੱਲਬਾਤ ਕਰਨ ਦੇ ਦੋ ਮੁੱਦੇ ਨੇ ਸਾਡੇ ਕੋਲ ਇੱਕ ਤਾਂ ਇਹ ਆ ਵੀ ਐਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਖੰਘ ਜ਼ੁਕਾਮ ਤੇ ਇਦਾਂ ਦੇ ਫਲੂ ਵਰਗੇ ਲੱਛਣ ਹੋ ਰਹੇ ਇਹ ਫਲੂ ਆ ਕੋਵਿਡ ਆ ਇਹ ਕੀ ਆ ਤੇ ਦੂਜੀ ਦੂਜਾ ਮਸਲਾ ਜਿਹੜਾ ਇਹ ਆ ਕਿ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸੰਬੰਧਿਤ ਪ੍ਰੋਬਲਮਜ਼ ਆ ਰਹੀਆਂ ਕਿਸੇ ਦੇ ਮਸਲ ਪੇਨ ਕਰ ਰਿਹਾ ਕਿਸੇ ਦੀ ਗਰਦਨ ਪੇਨ ਕਰ ਰਹੀ ਹੈ ਕਿਸੇ ਨੂੰ ਸਾਹ ਚੜ ਰਿਹਾ ਕਿਸੇ ਨੂੰ ਕੁਝ ਹੋ ਰਿਹਾ ਇਹ ਸਾਈਡ ਇਫੈਕਟ ਆ ਕੋਵਿਡ ਦਾ ਲੰਬਾ ਸਮਾਂ ਅੰਦਰ ਰਹਿਣ ਦੇ ਕਾਰਨ ਹੋਇਆ ਜਾਂ ਕੀ ਕਾਰਨ ਇਹ ਡਾਕਟਰ ਸਾਹਿਬ ਤੋਂ ਆਪਾਂ ਜਾਣਦੇ ਡਾਕਟਰ ਸਾਹਿਬ ਪਹਿਲਾਂ ਤੋਂ ਸਾਨੂੰ ਦੱਸਿਓ ਜੀ ਇਸ ਵੇਲੇ ਫਲੂ ਵਰਗੇ ਲੱਛਣ ਬਹੁਤ ਸਾਰੇ ਲੋਕਾਂ ਨੂੰ ਔਰ ਬੁਰਾ ਹਾਲ ਹੋ ਰਿਹਾ ਹੈ ਇਹਦੇ ਨਾਲ ਇਹ ਕੀ ਹੈ ਜੀ ਦੇਖੋ ਫਲੂ ਜਿਹੜਾ ਹੈਗਾ ਇਨਫਲੂਐਂZA ਵਾਇਰਸ ਦਾ ਛੋਟਾ ਨਾਮ ਆ I N F L U E N Z A ਸੋ ਨੂੰ ਕਿਉਂਕਿ ਕਈ ਵਾਰ ਇਨਫਲੂਐਂZA ਕਹਿੰਣਾ ਔਖਾ ਉਹਦੇ ਵਿੱਚ ਫਲੂ ਜਿਹੜਾ ਲਫ਼ਜ਼ ਹੈ ਉਹ ਉੱਭਰ ਕੇ ਆ ਗਿਆ ਹੈ ਇਹ ਵਾਇਰਸ ਤੋਂ ਹੁੰਦਾ ਜਿਦਾ ਕੋਵਿਡ ਵੀ ਵਾਇਰਸ ਹੈ ਇਨਫਲੂਐਂZA ਵੀ ਵਾਇਰਸ ਹੈ ਕੋਵਿਡ ਤੋਂ ਪਹਿਲਾਂ ਸਾਡਾ ਇਨਫਲੂਐਂZA ਦਾ ਬਾ ਬਹੁਤ ਲੰਬੇ عرصੇ ਤੋਂ ਪਿਆ ਜਿਹੜਾ ਸਪੈਨਿਸ਼ ਫਲੂ ਉਹ ਵੀ ਇਨਫਲੂਐਂZA ਵਾਇਰਸ ਕਰਕੇ ਸੀ 100 ਸਾਲ ਪਹਿਲਾਂ ਜਿਹੜੀ ਮਹਾਮਾਰੀ ਹੋਈ ਸੀ ਹਨ ਅਸੀਂ ਹਰ ਸਾਲ ਫਲੂ ਦੇ ਟੀਕੇ ਵੀ ਲਾਉਂਦੇ ਸੀ ਤਾਂ ਕਿ ਫਲੂ ਨਾ ਹੋਵੇ ਲੇਕਿਨ ਉਹਦੇ باوجود ਵੀ ਫਲੂ ਹੁੰਦਾ ਨਿੱਕੇ ਬੱਚਾ ਨੂੰ ਹੁੰਦਾ ਐਡਲਟ ਨੂੰ ਔਰ ਬਜ਼ੁਰਗਾਂ ਨੂੰ ਵੀ ਜ਼ਿਆਦਾ ਹੁੰਦਾ ਹਸਪਟਲਾਈਜ਼ੇਸ਼ਨ ਹੁੰਦੇ ਸੀ ਕੋਵਿਡ ਦੇ ਦੌਰਾਨ ਅਸੀਂ ਘਰਾਂ ਦੇ ਵਿੱਚ ਰਹੇ ਮਿਲੇ ਜੁਲੇ ਨਹੀਂ ਕਿਉਂਕਿ ਬਹੁਤ ਸਖਤੀਆਂ ਸੀ ਉਹ ਤੋਂ پابੰਦੀਆਂ ਸੇਤ ਦੀਆਂ ਮੰਨੀਆਂ ਪੈਂਦੀਆਂ ਸੀ ਉਦੇ ਕਰਕੇ ਦੋ ਚੀਜ਼ਾਂ ਹੋਈਆਂ ਪਹਿਲੇ ਤੇ ਸਾਡਾ ਇਮਿਊਨ ਸਿਸਟਮ ਵੀ ਥੋੜਾ ਕਮਜ਼ੋਰ ਹੋ ਗਿਆ ਇਮਿਊਨ ਸਿਸਟਮ ਨੂੰ ਤਗੜਾ ਰੱਖਣ ਵਾਸਤੇ ਰੋਜ਼ ਸਾਨੂੰ ਜਦوجਾਦ ਕਰਨੀ ਪੈਂਦੀ ਹੈ ਰੋਜ਼ ਯੋਜਨਾ ਪੈਂਦਾ ਮਿੱਟੀ ਕੱਟਾ ਇਨਫੈਕਸ਼ਨ ਦੇ ਨਾਲ ਸਾਨੂੰ ਖੇਡਣਾ ਪੈਂਦਾ ਤਾਂ ਇਮਿਊਨ ਸਿਸਟਮ ਰੰਦਾ ਅਗਰ ਕਿਸੇ ਵੀ ਚੀਜ਼ ਦੇ ਨਾਲ ਐਕਸਪੋਜ਼ਨ ਆ ਉਹ ਵੀ ਕੋਲਡ ਆਨ ਹੋ ਕੇ ਬਹਿ ਜਾਂਦਾ ਦੂਜੀ ਗੱਲ ਹੈਗੀ ਆ ਵੀ ਬੱਚੇ ਜਿਹੜੇ ਹੈਗੇ ਹਾਂ ਸਕੂਲਾਂ 'ਚ ਹੈਗੇ ਅਸੀਂ ਵੀ ਮਤਲਬ ਲਿਫਟ ਕਰਤਾ ਮਾਸਕ ਮੰਡੇਟ ਸੋ ਕਿਸੇ ਨੂੰ ਵੀ ਅਗਰ ਵਾਇਰਸ ਹੈਗਾ ਤਾਂ ਉਹ ਛਿੱਤੀ ਸਪਰੈਡ ਹੋ ਰਿਹਾ ਮੈਂ ਬੱਚਿਆਂ 'ਚ ਵੀ ਦੇਖ ਰਿਹਾ ਹਾਂ ਬੱਚੇ ਨੂੰ ਖਾਂਗ ਗਿਆ ਰੇਸ਼ਾ ਆ ਜੁਕਾਮ ਆ ਥੋੜੇ ਦਿਨ ਬੁਖਾਰ ਵੀ ਚੜਦਾ ਕੋਵਿਡ ਟੈਸਟ ਉਹਨਾਂ ਦਾ ਨੈਗੇਟਿਵ ਆਂਦਾ ਉਹਨਾਂ ਦਾ ਕਈ ਵਾਰ ਪੋਜ਼ਿਟਿਵ ਆਂਦਾ ਇਨਫਲੂਐਂZA ਟੈਸਟ ਪੋਜ਼ਿਟਿਵ ਆਂਦਾ ਆਰਐਸਵੀ ਵਾਇਰਸ ਆ ਐਡੀਨੋ ਵਾਇਰਸ ਆ ਇਹ ਸਾਰੇ ਲੰਗਸ ਦੇ ਵਿੱਚ ਇਨਫਲੇਮੇਸ਼ਨ ਕਰਦੇ ਔਰ ਇਨਫੈਕਸ਼ਨ ਕਰਦੇ ਆ ਔਰ ਇਹਦੇ ਉੱਤੇ ਕੋਈ ਵੀ ਐਂਟੀਬਾਇਓਟਿਕ ਕੰਮ ਨਹੀਂ ਕਰੋਗੇ ਹਾਂ ਸਮਝੋ ਇਨਫਲੇਮੇਸ਼ਨ ਸੋਜਾ ਹੋ ਗਈ ਸੋ ਅਗਰ ਸਾਹ ਦੇ ਨਾਲ ਦੀ ਟਾਈਟ ਜਿੱਥੇ ਗਾਂ ਐਲਵੀਓਲਾਈ ਜਿੱਥੋਂ ਸਾਨੂੰ ਆਕਸੀਜਨ ਮਿਲਦਾ ਉਹ ਬ੍ਰੌਂਕੀਅਲ ਬੀਆਰਓ ਐਮ ਸੀ ਐਚ ਆਈ ਐਲਟਾਈਡ ਤੇ ਉਹਨੂੰ ਖੋਲਣ ਵਾਸਤੇ ਅਸੀਂ ਫਿਰ ਬ੍ਰੌਂਕੋਡਾਇਲੇਟਰ ਦਿੰਨੇ ਆ ਸਟੀਰੋਇਡ ਦੇ ਪਫਰ ਦਿੰਨੇ ਆ ਤਾਂ ਕਿ ਇਨਫਲੇਮੇਸ਼ਨ ਠੀਕ ਰਵੇ ਦੂਜੀ ਪ੍ਰੋਬਲਮ ਇਹ ਹੈ ਪਏ ਕਿ ਜਸਕਰਨ ਜੀ ਵੀ ਮੈਨੂੰ ਹੁਣ ਆਲਮੋਸਟ 30 ਸਾਲ ਹੋ ਗਏ ਇੱਥੇ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਜੂਨ ਦੇ ਮਹੀਨੇ 'ਚ ਵੀ ਇੰਨੀ بارش ਆ ਗਿੱਲਾ ਮੌਸਮ ਹੈਗਾ ਐਟਮੋਸਫੇਰਿਕ ਰਿਵਰ ਐ ਕਲਾਈਮੇਟ ਚੇਂਜ ਕਰਕੇ ਉਹ ਵੀ ਕਿਤੇ ਨਾ ਕਿਤੇ ਇਹਨੂੰ ਕੰਟ੍ਰਿਬਿਊਟ ਕਰਦਾ ਵੀ ਜਿਹੜੇ ਲੰਗਸ ਦਾ ਜਿਹੜਾ ਇਨਫਲੇਮੇਸ਼ਨ ਹੈਗਾ ਅਸਵੇਰੇ ਮੈਂ ਦੋ ਬੱਚੇ ਦੇਖ ਕੇ ਹਟਿਆ ਜ ਅਮਮਨ ਅਸੀਂ ਮਈ ਦੇ ਅੰਤ ਦੇ ਵਿੱਚ ਹਰ ਸਾਲ ਦੇਖਦੇ ਆਂ ਕਿ ਬਹੁਤ ਵਾਰੀ ਬੱਚਿਆਂ ਨੂੰ ਕਹਿੰਦੇ ਆਂ ਕਿ ਹੁਣ ਆਪਾਂ ਫਿਰ ਬੰਦ ਕਰ ਲਓ ਮੌਸਮ ਵਧੀਆ ਲੇਕਿਨ ਮੇਰੇ ਅੱਖਾਂ ਸੇ ਆਣ ਵਾਲੇ ਦੋ ਤਿੰਨ ਹਫ਼ਤੇ 'ਚ ਜਦੋਂ ਧੁੱਪ ਲੱਗਣਗੀਆਂ ਉਹ ਬੱਚੇ ਜਿਹੜੇ ਹੈਗੇ ਆ ਕਾਫੀ ਇੰਪਰੂਵ ਹੋਣਗੇ ਲੇਕਿਨ ਹੈਗਾ ਇਹ ਵਾਇਰਸ ਤੋਂ ਹੈਗਾ ਹੋਰ ਇਸ ਸਾਲ ਅਸੀਂ ਇਹ ਜ਼ਿਆਦਾ ਇਹਦਾ ਫੈਲਾਅ ਦੇਖ ਰਿਹਾ ਕਿਉਂਕਿ ਦੋ ਸਾਲ ਅਸੀਂ ਇਹਦੇ ਨਾਲ ਜੂਝੇ ਨਹੀਂ ਇਨਫਲੂਐਂਜ਼ਾ ਦੇ ਨਾਲ ਵੀ ਨਹੀਂ ਜੂਝੇ ਕੋਵਿਡ ਦੇ ਨਾਲ ਵੀ ਅਸੀਂ ਬੱਚ ਦੇ ਛੁਪਦੇ ਰਹੇ ਹਨ ਸੋ ਇਸ ਕਰਕੇ ਇਹ ਇਸ ਸਾਲ ਫੋੜਾ ਜ਼ਿਆਦਾ ਅਗਲੇ ਸਾਲ ਥੋੜਾ ਘੱਟ ਹੋਗਾ ਆਸਟ੍ਰੇਲੀਆ ਨੂੰ ਅਸੀਂ ਫਾਲੋ ਕਰਦੇ ਹਾਂ ਕਿਉਂਕਿ ਉਹ 6 ਮਹੀਨੇ ਅੱਗੇ ਪਹਿਲਾਂ ਸਾਡੇ ਚੱਲਦਾ ਉੱਥੇ ਵੀ ਸੇਮ ਪੈਟਰਨ ਹੀ ਸੀ ਹੁਣ ਇੱਥੇ ਜਦੋਂ ਗਰਮੀਆਂ ਹੋ ਜਾਣੀਆਂ ਉੱਥੇ ਸਰਦ ਰੁੱਤ ਹੋ ਜਾਣੀ ਉੱਥੇ ਸਰਦ ਰੁੱਤ 'ਚ ਜੋ ਪਾਣਾ ਵਰਤੇਗਾ ਉਹੀ ਸਾਡੇ ਸਰਦ ਰੁੱਤ 'ਚ 6 ਮਹੀਨੇ ਬਾਅਦ ਇੱਥੇ ਵਰਤੂਗਾ ਕਿਉਂਕਿ ਵਾਇਰਸ ਗਲੋਬਲੀ ਵੀ ਹੋਂ ਟ੍ਰੈਵਲਿੰਗ ਦੇ ਨਾਲ ਵੀ ਸਪਰੈਡ ਹੁੰਦਾ ਸੋ ਆਸਟ੍ਰੇਲੀਆ ਦੇ ਵਿੱਚ ਵੀ ਸੇਮ ਹੀ ਉਹਨਾਂ ਨੇ ਰਿਪੋਰਟ ਕੀਤਾ ਸੀ ਜਿਹੜਾ ਸਾਨੂੰ ਇੱਥੇ ਆ ਰਿਹਾ ਸੀ ਲੇਕਿਨ ਡਰਨ ਦੀ ਗੱਲ ਨਹੀਂ ਹੈ ਇਹਦੇ ਨਾਲ ਫਿਰ ਸਾਡਾ ਇਮਿਊਨ ਸਿਸਟਮ ਤਗੜਾ ਹੁੰਦਾ ਉਸ ਵਾਇਰਸਿਸ ਦੇ ਨਾਲ ਵਾਪਿੰਦੀ ਆ ਔਰ ਜੋ-ਜੋ ਅਸੀਂ ਵੱਡੇ ਹੁੰਨੇ ਆ ਸਾਡੀ ਬਾਡੀ ਹੋਰ ਤਗੜੀ ਹੁੰਦੀ ਆ ਸਾਨੂੰ ਫਿਊਚਰ ਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਘੱਟ ਹੁੰਦੀ ਡਾਕਟਰ ਸਾਹਿਬ ਦੂਜੀ ਗੱਲ ਲੋਕਾਂ ਦਾ ਸਰੀਰ ਬਹੁਤ ਟੁੱਟ ਰਿਹਾ ਮਸਲ ਪੇਨ ਆ ਕਿਸੇ ਨੂੰ ਸਾਹ ਚੜ ਰਿਹਾ ਕਿਸੇ ਨੂੰ ਮਤਲਬ ਚੀਜ਼ਾਂ ਭੁੱਲ ਰਹੀਆਂ ਇਹ ਅਕਸਰ ਹੀ ਕਿਸੇ ਨਾ ਕਿਸੇ ਤੋਂ ਅਸੀਂ ਆਲੇ ਦੋਲੇ ਵਿੱਚ ਸੁਣ ਰਹੇ ਹਾਂ ਇਹ ਕੋਵਿਡ ਦਾ ਅਸਰ ਹੈ ਇਹ ਕੀ ਹੈ ਜੀ ਹਾਂ ਇਹਨੂੰ ਲੌਂਗ ਹਾਲ ਕਹਿੰਦੇ ਜਿੱਦਾਂ ਨਹੀਂ ਆਪਾਂ ਟਰੱਕ ਜਿਹੜੇ ਹੈਗੇ ਜਿਨ੍ਹਾਂ ਦੇ ਬਹੁਤ ਸਾਰੇ ਪਹੀਏ ਹੁੰਦੇ ਉਹਨੂੰ ਕਹਿੰਦੇ ਵੀ ਲੌਂਗ ਹਾਲ ਡਰਾਈਵ ਤੇ ਜਾਣ ਵਾਲਾ ਵੀ ਕੈਲੀਫੋਰਨੀਆ ਤੋਂ ਇੱਥੇ ਆਉਂਦਾ ਮੈਕਸੀਕੋ ਤੋਂ ਉਦੋਂ ਦਾ ਨਾਮ ਲੌਂਗ ਹਾਲ ਪੈ ਗਿਆ ਅਸੀਂ ਇਹ ਦੇਖ ਰਹੇ ਹਾਂ ਸਟੈਟਿਸਟਿਕਲੀ ਵੀ 10% ਲੋਕ ਜਿਨ੍ਹਾਂ ਨੂੰ ਕੋਵਿਡ ਹੋਇਆ ਭਾਵੇਂ ਉਹ ਘਰ ਸੀ ਬੜੇ ਸੂਖਸ਼ਮ ਲੱਛਣ ਸੀ ਜਾਂ ਫਿਰ ਹਸਪੀਟਲ 'ਚ ਐਡਮਿਟ ਰਹਿ ਹੈ ਆਈਸੀਯੂ 'ਚ ਉਹਨਾਂ ਦੇ ਚ ਸੋ ਦੇ ਚ 10 ਨੂੰ ਕੋਈ ਨਾ ਕੋਈ ਲੌਂਗ ਟਰਮ ਇਫੈਕਟ ਹੋ ਰਿਹਾ ਜਿਹੜਾ ਕੋਵਿਡ ਦਾ ਜਿਹੜਾ ਵਾਇਰਸ ਆ ਹਾਲਾਂਕਿ ਉਹ ਲੰਗਸ ਦੇ ਰਹੀਂ ਸਾਡੇ ਬਾਡੀ ਚ ਜਾਂਦਾ ਫੇਫੜਿਆਂ ਦੇ ਰਹੀਂ ਫੇਫੜਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਕਰਦਾ ਸੋਜ ਕਰਦਾ ਨਿਮੋਨੀਆ ਕਰਦਾ ਫਾਈਬਰੋਸਿਸ ਕਰਦਾ ਲੇਕਿਨ ਹਾਰਟ ਦੇ ਉੱਤੇ ਵੀ ਅਸਰ ਕਰ ਰਿਹਾ ਹਾਰਟ ਦੀ ਮਸਲ ਦੇ ਉੱਤੇ ਸਾਡੀ ਜਿਹੜੀ ਸਕੈਲੇਟਲ ਮਸਲ ਹੈ ਜਿਵੇਂ ਪੱਟਾਂ ਦੀ ਮੋਡਿਆਂ ਦੀ ਲੱਤਾਂ ਦੀ ਉਹਨਾਂ ਦੇ ਉੱਤੇ ਵੀ ਸਭ ਤੋਂ ਜ਼ਿਆਦਾ ਜਿਹੜਾ ਜਿਹੜੀ ਮਤਲਬ ਤੁਸੀਂ ਬ੍ਰੇਨ ਦੀ ਗੱਲ ਕੀਤੀ ਵੀ ਚੇਤਾ ਭੁੱਲਣਾ ਉਹਨੂੰ ਬਹੁਤ ਲੋਕੀ ਬ੍ਰੇਨ ਫੌਗ ਕਹਿੰਦੇ ਆ ਫੌਗ ਮੀਨਸ ਵੀ ਤੁੰਦਲਾਪਣ ਵੀ ਬਹੁਤ ਵਧੀਆ ਸੀ ਉਹਨਾਂ ਦੀ ਮੈਮਰੀ ਬਹੁਤ ਵਧੀਆ ਸੀ ਉਹਨਾਂ ਦਾ ਕਾਗਨੀਸ਼ਨ ਵੀ ਸੁਰਤੀ ਉਹ ਸਾਰੀ ਡਲ ਹੋ ਗਈ ਔਰ ਇਹਦੇ ਵਿੱਚ ਜਿਹ ਪਹਿਲੋ ਪਹਿਲੋ ਰਿਪੋਰਟ ਕਰਦੇ ਸੀ ਵੀ ਨਹੀਂ ਇਹਨਾਂ ਨੂੰ ਐਂਗਜ਼ਾਈਟੀ ਹੋ ਗਈ ਡਿਪਰੈਸ਼ਨ ਹੋ ਗਿਆ ਤਾਂ ਕਹ ਰਹੇ ਬਟ ਵਾਕਈ ਕਿਤੇ ਨਾ ਕਿਤੇ ਜਿਹੜੇ ਬ੍ਰੇਨ ਦੇ ਸੈੱਲ ਆ ਉਹਨਾਂ ਦੇ ਆਕਸੀਜਨ ਕੰਜ਼ਮਪਸ਼ਨ ਦੇ ਉੱਤੇ ਅਸਰ ਪੈਂਦੀ ਹੈ ਜਾਂ ਸੋਜਾ ਕਰਦਾ ਇਹ ਵਾਇਰਸ ਕੋਵਿਡ ਫਿਰ ਉਹਦੇ ਜਿਹੜੇ ਲੱਛਣ ਹੈ ਭੋਗਣੇ ਬੰਦੇ ਆ ਕਾਫੀ ਲੋਕ ਜਿਹੜੇ ਹੈਗੇ ਆ ਉਹ ਮਸਲ ਪੇਨ ਨੀਂਦ ਨਹੀਂ ਆਉਂਦੀ ਦਿਲ ਦੀ ਧੜਕਣ ਵੱਜ ਜਾਂਦੀ ਹੈ ਸਾਹ ਹੁੰਚੋਖ ਆਈ ਹੈ ਖਾਂਗ ਹੁੰਦੀ ਆ ਤਾਂ ਬ੍ਰੇਨ ਦੇ ਤਾਲ ਦੇ ਉੱਤੇ ਵੀ ਕੰਮ ਤੇ ਜਾਂਦੇ ਤੇ ਉਹਨਾਂ ਕੋ ਕੰਮ ਨਹੀਂ ਠੀਕ ਹੋ ਰਿਹਾ ਉਹਨਾਂ ਦੇ ਜਿਹੜੇ ਪਹਿਲੂ ਵਰਕ ਹੈਗਾ ਸੀ ਅਗਰ ਬੁੱਧੀ ਦਾ ਕੰਮ ਸੀ ਜ਼ਿਆਦਾ ਉਹ ਨਹੀਂ ਠੀਕ ਹੋ ਰਿਹਾ ਬਹੁਤ ਸਾਰੇ ਲੋਕ ਨੂੰ ਥੈਰੇਪੀ ਦੀ ਲੋੜ ਪੈ ਰਹੀ ਹੈ ਕਈ ਡਿਸੇਬਿਲਟੀ 'ਚ ਵੀ ਚਲੇ ਗਏ ਆ ਸੋ ਇਹ ਕੋਵਿਡ ਜਿਹੜਾ ਹੈਗਾ ਵਾਇਰਸ ਇਹ ਹੈ ਤਾਂ ਨਿਕਲ ਜਾ ਲੇਕਿਨ ਹੈਵ ਟੂ డు ਸਾਡੇ ਸਾਰੇ ਅੰਗ ਦੇ ਉੱਤੇ ਅਸਰ ਕਰਦਾ ਔਰ ਆਉਣ ਵਾਲੇ ਸਮੇਂ ਚ ਹੋਰ ਰਿਸਰਚ ਪ੍ਰਕਾਸ਼ਿਤ ਹੋਊਗਾ ਇੱਕ ਗੱਲ ਸਾਨੂੰ ਜ਼ਰੂਰ ਨਜ਼ਰ 'ਚ ਆਈ ਵੀ ਜਿਹਨੂੰ ਨੇਚਰਲੀ ਕੋਵਿਡ ਹੋ ਗਿਆ ਲੈਟਸ ਸੇ ਉਹਨੂੰ ਅਗਰ ਲੌਂਗ ਹਾਲ ਦੇ ਲੱਛਣ ਆ ਅਗਰ ਉਹ ਕੋਵਿਡ ਦਾ ਟੀਕਾ ਲੋਂਦਾ ਉਹਦੇ ਕਈ ਵਾਰ ਸਿੰਪਟਮਸ ਘਟ ਜਾਂਦੇ ਆ ਸੋ ਕਿਤੇ ਨਾ ਕਿਤੇ ਐਂਟੀਬਾਡੀ ਲੈਵਲ ਨੂੰ ਬੂਸਟ ਕਰਨ ਦੇ ਨਾਲ ਵੀ ਸਾਨੂੰ ਫਰਕ ਪੈਂਦਾ ਲੇਕਿਨ ਸਾਰਿਆਂ ਦੇ ਵਿੱਚ ਨਹੀਂ ਪੈਂਦਾ ਹੁਣ ਅਗਰ ਸਮਝੋ ਬ੍ਰੇਨ ਫੌਗ ਹੋ ਗਿਆ ਜਿੱਥੇ ਮੈਮਰੀ ਲਾਸ ਹੈ ਉਹਦੀ ਕ cognition loss ਤੇ ਫਿਰ ਥੈਰੇਪੀ ਹੀ ਉਹਦਾ ਇੱਕ ਹੈਗਾ ਅਗਰ ਲੱਤਾਂ ਬਾਹਾਂ ਦੁਖਦੀਆਂ ਤੇ ਫਿਜ਼ੀਓ ਥੈਰੇਪੀ ਮ사ਜ ਜਾਂ ਰੀਹੈਬ ਹੱਡ ਦੀ ਮਸਲ ਸੁੱਜ ਗਈ ਤੇ ਫਿਰ ਉਹਨੂੰ ਇਕੋਕਾਰਡੀਓਗ੍ਰਾਮ ਕਰਕੇ ਹੱਡ ਦੇ ਡਾਕਟਰ ਮਾਨੀਟਰ ਕਰਦੇ ਆ ਕਈ ਵਾਰ ਉਹਨੂੰ ਐਂਟੀ ਇਨਫਲਮੇਟਰੀ ਦਵਾਈਆਂ ਦੇਣੀ ਪੈਂਦੀਆਂ ਬਹੁਤ ਸਾਰੇ ਲੋਕ ਕੋਵਿਡ ਤੋਂ ਬਾਅਦ ਘਰ ਆਕਸੀਜਨ ਲੱਗਾ ਉਹ ਸਿਲੰਡਰ ਕਰ ਰੱਖਿਆ ਲੇਕਿਨ ਹੌਲੀ ਹੌਲੀ ਉਹਨਾਂ ਦਾ ਲੈ ਜਾਂਦਾ ਸੋ ਇਹ ਰੈਸੀਡੂਅਲ ਇਫੈਕਟ ਜਿਹਨੂੰ ਆਪਾਂ ਲੌਂਗ ਹਾਲ ਕੋਵਿਡ ਕਹਿੰਦੇ ਆ ਡਾਕਟਰ ਇੱਕ ਦੱਸਿਓ ਕਿ ਕੁਝ ਲੋਕ ਕਹਿੰਦੇ ਵੀ ਉਹਨਾਂ ਨੇ ਤੀਜੀ ਡੋਜ਼ ਲਵਾਈ ਸੀ ਉਹਨਾਂ ਦੇ ਵਿੱਚ ਜਿਆਦਾ ਰੱਸਨ ਹੈ ਇਹਦਾ ਕੋਈ ਸਬੰਧ ਵੀ ਹੈਗਾ ਜੀ ਨਹੀਂ ਇਹ ਮੈਂ ਕਈ ਵਾਰ ਗਾਹ ਬਗਾਏ ਸੁਣਨਾ ਹੋਰ ਤੀਜੀ ਡੋਜ਼ ਦਾ ਤੇ ਸਾਰਿਆਂ ਨੂੰ ਸਾਨੂੰ ਆਇਆ ਮੈਂ ਵੀ ਲਾਈ ਹੈ ਤੀਜੀ ਡੋਜ਼ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਨੇ ਲਾਈ ਹੈ ਕੁਝ ਸਿਲੈਕਟ ਕੇਸਸ ਨੂੰ ਚੌਥੀ ਡੋਜ਼ ਦਾ ਵੀ ਆਇਆ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਤੇ ਹੈ ਜਿਹੜੇ ਕੈਂਸਰ ਟ੍ਰੀਟਮੈਂਟ ਲੈ ਰਹੇ ਹੈ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਜਿਹੜੇ ਇੱਥੇ ਦੇ ਨੇਟਿਵ ਬਾਸ਼ੇਂ ਦੇ ਆ 50 ਸਾਲ ਤੋਂ ਉੱਤੇ ਹੈ ਕਿਉਂਕਿ ਉਹਨਾਂ ਦੇ ਜੇਕਰ ਕੋਵਿਡ ਹੁੰਦਾ ਬਹੁਤ ਜਿਆਦਾ ਹੁੰਦਾ ਸੋ ਜੇਕਰ ਜਿਨ੍ਹਾਂ ਨੂੰ ਚੌਥੇ ਡੋਜ਼ ਦੀ ਕਾਲ ਆਈ ਹੈ ਉਹਨਾਂ ਨੂੰ ਪਲੀਜ਼ ਚੌਥਾ ਡੋਜ਼ ਵੀ ਲਾਉਣਾ ਚਾਹੀਦਾ ਹਾਂ ਦੇਖੋ ਟੀਕਾ ਲੱਗਾ ਜਿੱਥੇ ਉੱਥੇ ਪੇਨ ਹੋਊਗਾ ਥੋੜੀ ਲਾਲੀ ਹੋਏਗੀ ਥੋੜੇ ਮਸਲ ਦੁਖਣਗੇ ਆਪਾਂ ਟਲਨੋਲ ਐਡਵਿਲ ਲੈ ਸਕਦੇ ਹਾਂ ਔਰ ਇਹ ਕਾਮਨ ਹੈਗਾ ਲੇਕਿਨ ਜਿਹੜੇ ਦੂਜੇ ਰਿਪੋਰਟਸ ਹੈਗੇ ਬਹੁਤ ਸੁਕਸ਼ਮ ਹੈਗੇ ਆ ਟੀਕਿਆਂ ਦੇ ਨਾਲ ਇੱਕ ਦੇ ਬੱਚੇ ਦਾ ਮੈਂ ਦੇਖਿਆ ਬਿੱਗੀਆਂ ਬਾਰੇ ਸਿੰਡਰੋਮ ਜਿਹਨੂੰ ਕਹਿੰਦੇ ਆ ਵੀ ਜਿਹੜੀ ਸਾਡੀ ਨਰਵਸ ਹੈ ਉਹਦੇ ਉੱਤੇ ਜਿਹੜੀ ਕਵਰਿੰਗ ਆ ਉਹਦੀ ਥੋੜੀ ਲਾਸ ਹੋ ਕੇ ਉਹਨਾਂ ਦੇ ਟੈਂਪਰੇਰੀ ਪੈਰਲਿਸ ਹੋਈ ਸੀ ਲੇਕਿਨ ਉਹਨਾਂ ਨੂੰ ਇਮਨ ਗਲੋਬਲਿਨ ਦੇ ਕੇ ਫਿਰ ਠੀਕ ਕੀਤਾ ਗਿਆ ਸੀ ਸੋ ਰੇਅਰ ਹੈ ਬਟ ਉੱਕਾ ਪੁੱਕਾ ਲਿਟਰੇਚਰ ਚ ਰਿਪੋਰਟਡ ਹੈ ਪਰ ਜਦੋਂ ਆਪਾਂ ਇਹਦੇ ਪੋਜ਼ਿਟਿਵ ਸਾਈਡ ਦੇਖੀਏ ਬੈਨੀਫਿਟ ਬਹੁਤ ਜ਼ਿਆਦਾ ਹੈਗਾ ਹੁਣ ਮੇਰੀ ਬੇਟੀ ਆਈਸੀਯੂ ਚ ਕੰਮ ਕਰਦੀ ਆ ਉਹ ਕਹਿੰਦੀ ਆ ਵੀ ਆਈਸੀਯੂ ਚ ਉਹੀ ਵੈਂਟੀਲੇਟਰ ਤੇ ਹੈਗੇ ਜਿਨ੍ਹਾਂ ਨੇ ਟੀਕਾ ਨਹੀਂ ਲਾਇਆ ਜਾਂ ਫਿਰ ਉਹ ਬਹੁਤ ਬਜ਼ੁਰਗ ਨੇ ਜਿਨ੍ਹਾਂ ਦੇ ਮਲਟੀਪਲ ਹੈਲਥ ਪ੍ਰੋਬਲਮ ਹੈ ਪੀ ਉਹਨਾਂ ਨੇ ਟੀਕੇ ਲਾਏ ਸੀ ਲੇਕਿਨ ਹੋਰ ਵੀ ਉਹਨਾਂ ਦੀ ਸਮੱਸਿਆਵਾਂ ਹੈਗੀਆਂ ਏਜ ਰਿਲੇਟਿਡ ਸੋ ਜਿਨ੍ਹਾਂ ਨੇ ਟੀਕੇ ਲਾਏ ਆ ਬਹੁਤਾਰਤ ਅਗਰ ਕੋਵਿਡ ਹੁੰਦਾ ਵੀ ਆ ਤੇ ਉਹ ਘਰੇ ਹੁੰਦੇ ਉਹਨਾਂ ਦੇ ਲੱਛਣ ਬਹੁਤ ਘੱਟ ਹੁੰਦੇ ਆ ਹਸਪੀਟਲ ਜਾਣ ਦੀ ਲੋੜ ਨਹੀਂ ਪੈਂਦੀ ਔਰ ਡੈਥ ਦੇ ਚਾਂਸਸ ਜ਼ੀਰੋ ਦੇ ਲੱਗ ਕੇ ਪੜ ਜਾਂਦੇ ਜਿਨ੍ਹਾਂ ਨੇ ਟੀਕੇ ਲਾਇਆ ਡਾਕਟਰ ਸਾਹਿਬ ਹੁਣ ਜਿਨ੍ਹਾਂ ਨੂੰ ਇਹ ਖਾਂਸੀ ਜ਼ੁਕਾਮ ਵਗੈਰਾ ਹੋ ਰਿਹਾ ਇਹ ਕੀ ਕਰਨੇ ਨੂੰ ਨਾਰਮਲ ਰਹਿਣ ਕੋਵਿਡ ਦਾ ਟੈਸਟ ਕਰਵਾਉਣ ਕੁਝ ਖਾਸ ਸਦਾਇਤਾ ਪਾਲਣ ਕਰਨ ਜਾਂ ਹੁਣ ਕਹਿੰਦੇ ਕੋਵਿਡ ਦੀ ਕੋਈ ਦਵਾਈ ਵੀ ਇੱਕ ਬਣੀ ਆ ਜਿਹੜੀ ਲੈ ਸਕਦੇ ਆ ਉਹਦੇ ਲਈ ਕਿਸੇ ਪਾਸੇ ਜਾਣ ਜਾਓ ਕੀ ਕਰਨ ਜੀ ਦੇਖੋ ਜਿੰਨ ਨੂੰ ਖੰਗ ਰੇਸ਼ਾ ਜ਼ੁਕਾਮ ਹੈਗੀ ਆ ਅਗਰ ਉਹਨੂੰ ਸਿੰਪਟਮਸ ਬਹੁਤ ਸੁਕਸ਼ਮ ਆ ਤੋ ਕੋਈ ਵੀ ਵਾਇਰਸ ਹੋ ਸਕਦਾ ਇਨਕਲੂਡਿੰਗ ਕੋਵਿਡ ਰੈਪਿਡ ਟੈਸਟਿੰਗ ਤੁਸੀਂ ਆਪ ਘਰ ਵੀ ਕਰ ਸਕਦੇ ਹੋ ਅਗਰ ਉਹ ਨੈਗੇਟਿਵ ਹੁੰਦਾ ਸੋ ਬਹੁਤ ਆਤਰ ਇੱਕ ਰੈਗੂਲਰ ਵਾਇਰਸ ਦੇ ਨਾਲ ਹੋ ਰਿਹਾ ਅਗਰ ਤੁਹਾਨੂੰ ਸਾਹ ਚੜਦਾ ਤੁਹਾਨੂੰ ਮਤਲਬ ਬਹੁਤ ਟਾਈਟ ਮਹਿਸੂਸ ਹੁੰਦਾ ਸਾਤੀ ਚ ਜਾਂ ਤੁਹਾਨੂੰ ਬੁਖਾਰ ਤੇ ਰੇਲੀਆਂ ਦੇ ਨਾਲ हट ਨਹੀਂ ਰਿਹਾ ਤਾਂ ਫਿਰ ਜ਼ਰੂਰ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਨੂੰ ਮਿਲਣਾ ਚਾਹੀਦਾ ਕਈ ਵਾਰ ਨਿਮੋਨੀਆ ਹੋ ਸਕਦਾ ਕਈ ਵਾਰ ਸੋਜਾ ਹੋ ਸਕਦੀ ਹੈ ਕਈ ਵਾਰ ਕੰਪਲੀਕੇਟ ਹੋ ਕੇ వైరਲ ਇਨਫੈਕਸ਼ਨ ਤੋਂ ਬੈਕਟੀਰੀਅਲ ਨਿਮੋਨੀਆ ਵੀ ਆ ਸਕਦਾ ਵਿੱਚ ਸੋ ਮਤਲਬ ਕਲੀਨਿਕਲੀ ਕੇਸ ਟੂ ਕੇਸ ਦੇਖ ਕੇ ਦੇਖਣਾ ਪੈਂਦਾ ਕਈ ਵਾਰ ਐਕਸ-ਰੇ ਕਰਨਾ ਪੈਂਦਾ ਕਈ ਵਾਰ ਉਹਨਾਂ ਦਾ ਨੱਕ ਦਾ ਸਵੈਬ ਲੈ ਕੇ ਸਾਨੂੰ ਲੈਬ 'ਚ ਭੇਜਣਾ ਪੈਂਦਾ ਵੀ ਪੱਕਾ ਕਿਹੜਾ ਵਾਇਰਸ ਹੈ ਆਪਾਂ ਦੇਖੀਏ ਹਨ ਲੇਕਿਨ ਅਗਰ ਛਾਤੀ ਉਹਨਾਂ ਦੀ ਟਾਈਟ ਹੈ ਸਾਹ ਨਹੀਂ ਲਿੱਤਾ ਜਾਂਦਾ ਤੇ ਫਿਰ ਉਹਨਾਂ ਨੂੰ ਪਫਰ ਦੀ ਲੋੜ ਪੈ ਸਕਦੀ ਹੈ ਜਾਂ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਐਮਰਜੈਂਸੀ ਜਾਣਾ ਚਾਹੀਦਾ ਡਾਕਟਰ ਸਾਹਿਬ ਆਖਰੀ ਸਵਾਲ ਕੀ ਹੁਣ ਕੋਵਿਡ ਖਤਮ ਹੋ ਚੁੱਕਿਆ ਇਹ ਦਾ ਆਖਰੀ ਸ਼ਮਾ ਆ ਜਾਂ ਇਹਦਾ ਕੋਈ ਹੋਰ ਰੂਪ ਜਾਂ ਜਿਹੜਾ ਇਸ ਕਿਸਮ ਦਾ ਹੈਗਾ ਇਹਨੂੰ ਕਿੱਦਾਂ ਦੇਖਦੇ ਹਾਂ ਜੀ ਕੋਵਿਡ ਪੂਰੀ ਤਰ੍ਹਾਂ ਤੇ ਨਹੀਂ ਗਿਆ ਤੇ ਜਦੋਂ ਆਪਾਂ ਪਹਿਲਾਂ ਵੀ ਸ਼ੁਰੂਆਤ ਕੀਤੀ ਸੀ ਉਦੋਂ ਇਹੀ ਕਿਹਾ ਸੀ ਵੀ ਪੂਰੀ ਤਰ੍ਹਾਂ ਨਹੀਂ ਜਾਣਾ ਵੀ ਨਹੀਂ ਥੋੜੇ ਥੋੜੇ ਅੱਗ ਸੁਲਗਦੀ ਰਹੂਗੀ ਮੌਸਮ ਜਦੋਂ ਵਧੀਆ ਹੋਏ ਘਟੂਗਾ ਜਦੋਂ ਸਿਆਲ ਹੋਏ ਥੋੜਾ ਬਹੁਤ ਵਧੂਗਾ ਜਿਦਾ ਫਲੂ ਹਰ ਸਾਲ ਹੁੰਦਾ ਥੋੜਾ ਸ਼ਿਕਰ ਤੇ ਜਾ ਕੇ ਫਿਰ ਮਾਰਚ ਅਪ੍ਰੈਲ ਤੋਂ ਬਾਅਦ ਘਟਦਾ ਇਹ ਵੀ ਲਗਭਗ ਸੇਮ ਪੈਟਰਨ ਫੋਲੋ ਕਰੂਗਾ ਹੋ ਸਕਦਾ ਸਾਨੂੰ ਸਾਰਿਆਂ ਨੂੰ ਇਹ ਸਿਆਲ 'ਚ ਚੌਥੇ ਡੋਜ਼ ਦੀ ਵੀ ਲੋੜ ਪਵੇ ਜਿਹੜੇ ਹੁਣ ਆਪਾਂ 3rd ਡੋਸ ਲਾ ਚੁੱਕੇ ਹੋ ਸਕਦਾ ਵੀ ਰਿਸਰਚਰ ਇਹ ਵੀ ਰਿਸਰਚ ਕਰ ਰਹੇ ਆ ਵੀ ਜਿਹੜਾ ਫਲੂ ਦਾ ਟੀਕਾ ਤੇ ਕੋਵਿਡ ਦਾ ਕੰਬਾਈਨ ਨਹੀਂ ਹੋ ਜਾਏ ਵੀ ਬਜਾਏ ਕਿ ਦੋ ਟੀਕੇਾਂ ਦੀ ਜਗ੍ਹਾ ਇੱਕ ਲੱਗੇ ਲੇਕਿਨ ਅਜੋ ਤੇ ਰਿਸਰਚ ਹੋ ਰਹੀ ਹੈ ਪੂਰੀ ਮੁਕੰਮਲ ਨਹੀਂ ਹੋਈ ਗੁੱਡ ਨਿਊਜ਼ ਇਹ ਹੈ ਕਿ ਵੀ ਐਫਟੀਏ ਨੇ ਅਮਰੀਕਾ 'ਚ ਬੱਚਿਆਂ ਦੇ 6 ਮਹੀਨੇ ਹੋਰ ਉੱਤੇ ਮੰਨਤ ਦੇ ਦਈ ਹੈ ਵੈਕਸੀਨ ਨੂੰ ਹੁਣ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਆ ਉਹਨਾਂ ਨੇ ਅੱਜ ਕੱਲ ਦੇ ਵਿੱਚ ਇਹਨੂੰ ਫੈਸਲਾ ਕਰ ਦੇਣਾ ਜਿਹੜਾ ਮੋਡਰਨਾ ਦਾ ਜਿਹੜਾ ਡੋਸ ਹੈ ਉਹ 25 ਮਾਈਕਰੋਗ੍ਰਾਮ ਦਾ ਦੋ ਟੀਕੇ ਲੱਗਣ ਕੇ 1 ਮਹੀਨੇ ਬਾਅ ਜਿਹੜਾ ਫਾਈਜ਼ਰ ਦਾ ਉਹ ਬੋਟ ਡੋਸ ਘੱਟ ਆ 3 ਮਾਈਕਰੋਗ੍ਰਾਮ ਦਾ ਉਹਦੇ 3 ਟਿਕਨੇ ਲੱਗਣੇ ਆ ਇੱਕ ਇੱਕ ਮਹੀਨੇ ਬਾਅਦ ਸੋ ਮੋਡਰਨਾ ਦੀ ਐਪਲੀਕੇਸ਼ਨ ਕੈਨੇਡਾ ਚ ਵੀ ਆਈ ਆ ਫਾਈਜ਼ਰ ਦੀ ਅਜੇ ਤੱਕ ਆਈ ਨਹੀਂ ਸ਼ਾਇਦ ਉਹ ਵੀ ਪਾਣਗੇ ਸੋ 6 ਮਹੀਨੇ ਤੋਂ ਉੱਤੇ ਬੱਚਿਆਂ ਨੂੰ ਵੀ ਇੱਕ ਤੋਂ ਹਫ਼ਤੇ ਚ ਕੈਨੇਡਾ ਦੇ ਵਿੱਚ ਵੀ ਜਦੋਂ ਨਿਊਜ਼ ਬ੍ਰੇਕ ਹੋਏਗੀ ਆਪਾਂ ਕਰਾਂਗੇ ਸੋ ਇਹ ਵੀ ਗੁੱਡ ਨਿਊਜ਼ ਆ ਕਿ ਵੀ ਉਹਨਾਂ ਦੇ ਲਈ ਵੀ ਹੁਣ ਟੀਕੇ ਮਹੀਆ ਹੋ ਸਕਦੇ ਨੇ ਡਾਕਟਰ ਜਿਹੜੀ ਇੱਕ ਦਵਾਈ ਆ ਗਈ ਆ ਕਹਿੰਦੇ ਕੋਵਿਡ ਦੀ ਵੀ ਇੱਕ ਤਾਂ ਵੈਕਸੀਨ ਹੋ ਗਈ ਇੱਕ ਜੇ ਕਿਸੇ ਨੂੰ ਹੋ ਜੇ ਉਹ ਗੋਲੀ ਗਾਲੀ ਲਈ ਜਾ ਸਕਦੀ ਉਹ ਕੀ ਆ ਜੀ ਕੋਵਿਡ ਦੀ ਦਵਾਈ ਤੇ ਹੈਗੀ ਆ ਜਿਹੜੀ ਫਾਈਜ਼ਰ ਨੇ ਬਣਾਈ ਸੀ ਕਰੀਬਨ 90% ਇਫੈਕਟਿਵ ਹੈ ਲੇਕਿਨ अर्ਲੀ ਡੇਸ ਚਲਾਨੀ ਪੈਂਦੀ ਹੈ ਔਰ ਮਹਿੰਗੀ ਹੈ ਹੈਲਥ ਕੈਨੇਡਾ ਉਹਨੂੰ ਕੰਟਰੋਲ ਕਰਦਾ ਬਟ ਇੱਕ ਪ੍ਰੈਸਕ੍ਰਾਈਬਰ ਹੀ ਫੈਮਿਲੀ ਡਾਕਟਰ ਜਾਂ ਤੁਹਾਡਾ ਹੈਲਥ케ਅਰ ਪ੍ਰੋਵਾਈਡਰ ਜਿਹੜਾ ਹੈਗਾ ਤੁਹਾਨੂੰ ਪ੍ਰੈਸਕ੍ਰਾਈਬ ਕਰ ਸਕਦਾ ਔਰ ਇਹਦੇ ਉੱਤੇ ਮਤਲਬ ਬਹੁਤ ਘੱਟ ਜਿਹੜੇ ਹੈਗੇ ਆ ਰਿਸਰਚ ਇਸ ਵੇਲੇ ਆਈ ਹੈ ਵੀ ਉਹ ਕੈਨੇਡਾ 'ਚ ਕਿੰਨੀ ਅਸਰਦਾਰ ਹੋ ਰਹੀ ਹੈ ਲੇਕਿਨ ਬਾਕੀਦਾ ਉਹ ਦਵਾਈ ਤਾਂ ਲਾਇਸੈਂਸਡ ਹੈਗੀ ਆ ਬਹੁਤ ਬਹੁਤ ਸ਼ੁਕਰਗੁਜ਼ਾਰ ਮਿਰਵਾਨੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਕ੍ਰੀ। ਦੋਸਤੋ ਡਾਕਟਰ ਪਰਕਾਸ਼ ਸਿੰਘਪੁਰ ਜਿਹਨ ਨਾਲ ਅਸੀਂ ਗੱਲਬਾਤ ਕੀਤੀ ਹੈ ਬਹੁਤ ਸਾਰੇ ਤੁਹਾਡੇ ਸਵਾਲ ਸਗੇ ਕਿ ਪੁੱਛਿਆ ਜਾਵੇ ਜਿਹੜੇ ਫਲੂ ਵਰਗੇ ਸਿੰਪਟਮ ਬਹੁਤ ਸਾਰੇ ਲੋਕਾਂ ਨੂੰ ਇੱਕਦਮ ਹੋ ਰਹਾ ਹੈ। ਦੂਜਾ ਜਿਹੜੀਆਂ ਕੁਸ਼ਮਸ਼ਾਂ ਸੀ ਇਹ ਤੁਹਾਨੂੰ ਸੁਣਦ ਰਹੀਆਂ ਇਹ ਕੋਵਿਡ ਆ ਵੈਕਸੀਨ ਆ ਜਾਏ ਕਿਹਦਾ ਅਸਰ ਹੈ। ਕੈਮਰਾ ਬਣਾਮਿਤ ਮੈਨਿਸਟਰ ਨਾਲ ਚਿਸਕਰ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।